हेलो। हाँ जी, हाँ जी सर, सत श्रीकाल जी। आ रही आवाज जी? श्रीकाल। हाँ जी, हाँ जी, बिल्कुल सही है। ते स्क्रीन शेयर करके देख लो जी। बस ठीक है जी। वाह, हो रही है जी। ओके जी, करा शुरू जी। मैं ठीक है, ठीक है जी। जमें जो कहूँगे वो तो कर लेंगे। हाँ, जो दो बज के ठीक है जी। करते लो। ठीक है, कोई एडमिट अलाउ हो गया जी, करते मैं तो गलती ना हो गई। चलो सॉरी। नहीं, कोई नहीं। ठीक है, फिर ठीक, फोन लो। मैं तो कोई सेटिंग चेंज हाँ जी, कर करना लो। शुरू कर दो। मेरे तो क्लिक हो गया जी, मैं हैप्पी हो गया ना। मैं रोज कर रहा, मैं एडमिट आउट ही कर बैठा जी। कोई नहीं, कोई चक्कर नहीं। ठीक है, बस देख लियो नंबर ऑफ पार्टिसिपेंट के साथ ना, फिर स्टार्ट कर लियो प्लीज। जगह तो तुम कहो जी, मैं तो कर देना शुरू। मैं म्यूट कर दूंगा सारे जी। ठीक है सर, ठीक है, अपने आप तुम कर लियो एनिमेट। मैं कर दे। तो सारिया बेनती है जी, पहले तो सत श्रीकाल सारिया। बेनती है भी इदा ही जुड़े रहो, क्योंकि अपना टाइम थोड़ा जा 3 बजे का सीगा, जिस करके थोड़ा जा डिले किया। अपना पहला सैशन शुरू कर लिया, इस करके सारे पार्टिसिपेंट थोड़े जे होर आ जाण, तो आपका जो अज का टॉपिक है शुरू कर दें जी। लगता जी टाइम हो गया, बाकी पार्टिसिपेंट आ रहे हैं जी। 34 पार्टिसिपेंट अपने नाल जुड़ चुके हैं। थोड़े जे होर हो जाने ते अज दा टॉपिक जिहड़ा आपां सर स्टार्ट कर लेंदे हैं ना जी। हाँ जी, हाँ जी, बस ठीक है, कर लियो स्टार्ट। 38 हो गए सर। और ठीक है, देख लो, एक एक दो मिनट देखना, और देख लेने हाँ जी, उसके हाँ बाद जी, फिर है ना, ठीक है सर, ठीक है जी। नियर 50 को हो जाए। 50 हाँ को जी, हाँ जी, हाँ जी, हाँ जी।
ठीक है सर, कर लो जी स्टार्ट। हाँ जी, सत श्री अकाल जी सारिआं नूं। जिदां कि तुहानूं पता ही है कि अपनी थोड़ा ऑनलाइन क्लासिस का जिहड़ा शेड्यूल चल रहा, तो मॉर्निंग 11 o'clock आपां अज सर ने सानूं टैली बारे डिस्कस किया सी। उहदे विच वाउचर एंट्री आपां किदां पाउणी हैगी आ उहदे बारे आपां डिस्कस किया सी। तो सॉरी, सब तो पहला मैं आपदे बारे दस दिया, मैं अर्शदीप सिंह फ्रॉम गवर्नमेंट आई टी आई धर्मकोट मोगा तो। अज आपां डबल एंट्री सिस्टम ऑफ बुक कीपिंग ਅਤੇ ਬਾਈਟਿੰਗ ਸਿਸਟਮ ਅਤੇ ਸਿਨੇਰੀਓ ਮੈਨੇਜਮੈਂਟ ਦੇ ਬਾਰੇ ਚੱਜ ਡਿਸਕਸ ਕਰਨਾ। ਤਾਂ ਸੋ ਇਹ ਵੀ ਸਾਰਾ ਆਪਣਾ ਅਕਾਊਂਟਿੰਗ ਅਤੇ ਟੈਲੀ ਦਾ ਪੋਰਸ਼ਨ ਹੈਗਾ, ਤਾਂ ਆਪਾਂ ਉਸਦੇ ਬਾਰੇ ਪਹਿਲਾਂ ਡਿਸਕਸ ਕਰਦੇ ਹਾਂ। ਤਾਂ ਸਭ ਤੋਂ ਪਹਿਲਾਂ ਜਿਹੜੀ ਬੁੱਕ ਕੀਪਿੰਗ ਕੀ ਆ ਬੇਸਿਕ ਦੀ, ਤਾਂ ਸਾਨੂੰ ਪਤਾ ਹੋਣਾ ਚਾਹੀਦਾ ਬੁੱਕ ਕੀਪਿੰਗ ਅਤੇ ਅਕਾਊਂਟਿੰਗ ਦੇ ਵਿੱਚ ਫਰਕ ਕੀ ਆ, ਕਿਉਂਕਿ ਅੱਜ ਅਸੀਂ ਡਬਲ ਐਂਟਰੀ ਸਿਸਟਮ ਬੁੱਕ ਕੀਪਿੰਗ ਬਾਰੇ ਪੜ੍ਹਨਾ। ਤਾਂ ਸਭ ਤੋਂ ਪਹਿਲਾਂ ਤੁਸੀਂ ਸਕਰੀਨ 'ਤੇ ਦੇਖ ਰਹੇ ਹੈਗੇ ਹੋ, ਤਾਂ ਮੈਂ ਡਿਫਰੈਂਸ ਕਲੀਅਰ ਕਰਨ ਦੀ ਕੋਸ਼ਿਸ਼ ਕਰ ਰਿਹਾ ਬੁੱਕ ਕੀਪਿੰਗ ਅਤੇ ਅਕਾਊਂਟਿੰਗ ਦੇ ਵਿੱਚ। ਤਾਂ ਬੁੱਕ ਕੀਪਿੰਗ ਜੇ ਸਿੱਧਾ ਆਪਾਂ ਪੰਜਾਬੀ ਸ਼ਬਦਾਂ ਦੇ ਵਿੱਚ ਕਹਿ ਲਈਏ, ਤਾਂ ਬੁੱਕ ਕੀਪਿੰਗ ਇੱਕ ਬੇਸਿਕ ਪਾਰਟ ਹੈਗਾ, ਦੈਨ ਆਫਟਰ ਡੈਟ ਜਿਹੜੀ ਅਕਾਊਂਟਿੰਗ ਆ ਪੋਸੀਬਲ ਹੁੰਦੀ ਹੈਗੀ ਆ। ਤਾਂ ਸਕੋਪ ਦੇ ਵਿੱਚ ਆਪਾਂ ਜੇ ਪੜ੍ਹੀਏ, ਬੁੱਕ ਕੀਪਿੰਗ ਇਜ਼ ਕੰਸਰਨਡ ਵਿਦ ਆਈਡੈਂਟੀਫਾਈਂਗ ਫਾਈਨੈਂਸ਼ੀਅਲ ਟ੍ਰਾਂਜੈਕਸ਼ਨ, ਮੈਜ਼ਰਿੰਗ ਦੈਮ ਇਨ ਮਨੀ। ਤਾਂ ਬੁੱਕ ਕੀਪਿੰਗ ਦਾ ਸਿੰਪਲ ਕੰਮ ਕੀ ਹੈਗਾ, ਉਸਨੇ ਜਿਹੜੀਆਂ ਫਾਈਨੈਂਸ਼ੀਅਲ ਟ੍ਰਾਂਜੈਕਸ਼ਨ, ਮਨੀ ਦੇ ਰਿਲੇਟਡ ਜਿਹੜੀਆਂ ਟ੍ਰਾਂਜੈਕਸ਼ਨ ਹੈਗੀਆਂ ਨੇ, ਉਹਨਾਂ ਨੂੰ ਮੈਜ਼ਰ ਕਰਕੇ ਇੱਕ ਬੁੱਕ ਦੇ ਵਿੱਚ ਉਹਦਾ ਰਿਕਾਰਡ ਰੱਖਣਾ ਡੇਲੀ ਡੇਲੀ। ਹਰ ਰੋਜ਼ ਇੱਕ ਦਿਨ ਦੇ ਵਿੱਚ ਕਿੰਨੀਆਂ ਫਾਈਨੈਂਸ਼ੀਅਲ ਟ੍ਰਾਂਜੈਕਸ਼ਨ ਹੋਈਆਂ ਹੈਗੀਆਂ ਨੇ, ਉਹ ਸਾਰਾ ਰਿਕਾਰਡ ਉਸਨੇ ਇੱਕ ਬੁੱਕ ਦੇ ਵਿੱਚ ਜਿਹੜਾ ਵਾ ਉਹ ਰਿਕਾਰਡ ਕਰਕੇ ਰੱਖਣਾ। ਤਾਂ ਸਾਈਮਲਟੇਨੀਅਸਲੀ ਇਹਦੇ ਨਾਲ ਅਕਾਊਂਟਿੰਗ ਕੀ ਹੈਗੀ ਆ, ਤਾਂ ਅਕਾਊਂਟਿੰਗ ਇਜ਼ ਕੰਸਰਨਡ ਵਿਦ ਸਮਰਾਈਜ਼ਿੰਗ ਦਾ ਰਿਕਾਰਡ ਟ੍ਰਾਂਜੈਕਸ਼ਨ, ਇੰਟਰਪ੍ਰੇਟਿੰਗ ਦਮ ਐਂਡ ਕਮਿਊਨੀਕੇਟ। ਤਾਂ ਇਹਦੇ ਵਿੱਚ ਦੋ ਚਾਰ ਫੰਕਸ਼ਨ ਐਕਸਟਰਾ ਆ ਜਾਂਦੇ ਆ, ਕਿਉਂਕਿ ਇਹਦੇ ਵਿੱਚ ਜਸਟ ਅਸੀਂ ਜਿਹੜੀਆਂ ਟ੍ਰਾਂਜੈਕਸ਼ਨ ਫਾਈਨੈਂਸ਼ੀਅਲ ਟ੍ਰਾਂਜੈਕਸ਼ਨ ਨੂੰ ਮੈਜ਼ਰ ਕਰਨਾ ਅਤੇ ਆਪਣੀ ਕਾਪੀ 'ਤੇ ਰਾਈਟ ਡਾਊਨ ਕਰ ਦੇਣਾ। ਬਟ ਅਕਾਊਂਟਿੰਗ ਦਾ ਇਸ ਤੋਂ ਬਾਅਦ ਜਿਹੜਾ ਕੰਮ ਸ਼ੁਰੂ ਹੁੰਦਾ ਆਫਟਰ ਡੈਟ, ਬੁੱਕ ਕੀਪਿੰਗ ਤੋਂ ਬਾਅਦ ਅਸੀਂ ਜਿਹੜਾ ਅਕਾਊਂਟਿੰਗ ਦਾ ਕੰਮ ਜਿਹੜਾ ਉਹ ਸ਼ੁਰੂ ਕਰਨਾ। ਇਹਦੇ ਵਿੱਚ ਸਭ ਤੋਂ ਪਹਿਲਾਂ ਉਸਨੂੰ ਇੱਕ ਸਮਰੀ ਦੇ ਵਿੱਚ ਸਮਰਾਈਜ਼ ਕੀਤਾ ਜਾਂਦਾ, ਦੈਨ ਉਸਨੂੰ ਇੰਟਰਪ੍ਰੇਟ ਕਰਕੇ, ਕਰੈਕਟ ਕਰਕੇ, ਦੈਨ ਕਮਿਊਨੀਕੇਸ਼ਨ ਕੇ ਲੀਏ ਆਫਟਰ ਦਾ ਰਿਜ਼ਲਟ। ਡੈਟ ਮੀਨ ਬਹੁਤ ਸਾਰੇ ਜਿਹੜੇ ਫੇਸਿਸ ਦੇ ਵਿੱਚੋਂ ਦੇ ਲੰਘ ਕੇ ਜਿਹੜਾ ਰਿਜ਼ਲਟ ਹੈਗਾ ਉਹ ਪ੍ਰਪੇਅਰ ਹੁੰਦਾ। ਡੈਟ ਮੀਨ ਸਭ ਤੋਂ ਪਹਿਲਾਂ ਬੁੱਕ ਕੀਪਿੰਗ ਹੁੰਦੀ ਆ, ਦੈਨ ਬੁੱਕ ਕੀਪਿੰਗ ਤੋਂ ਬਾਅਦ ਹੀ ਅਕਾਊਂਟਿੰਗ ਹੁੰਦੀ ਆ। ਤਾਂ ਦੂਸਰੇ ਦੇ ਵਿੱਚ ਲਿਖਿਆ ਸਟੇਜ, ਡੈਟ ਮੀਨ ਜਿਹੜੀ ਸਾਡੀ ਬੁੱਕ ਕੀਪਿੰਗ ਆ ਉਹ ਪ੍ਰਾਇਮਰੀ ਸਟੇਜ ਆ। ਡੈਟ ਮੀਨ ਪਹਿਲਾਂ ਬੁੱਕ ਕੀਪਿੰਗ ਹੋਊ, ਆਫਟਰ ਡੈਟ ਸੈਕੰਡਰੀ ਸਟੇਜ ਜਿਹੜੀ ਸਾਡੀ ਹੈਗੀ ਆ ਜੀ ਉਹ ਹੈਗੀ ਆ ਅਕਾਊਂਟਿੰਗ। ਤਾਂ ਓਬਜੈਕਟਿਵ ਕੀ ਹੈਗਾ ਇਹਦਾ, ਇਹਦਾ ਜਿਹੜਾ ਬੁੱਕ ਕੀਪਿੰਗ ਦਾ ਓਬਜੈਕਟਿਵ ਜਸਟ ਇਹੀ ਹੈਗਾ ਵੀ ਰਿਕਾਰਡ ਦਾ ਫਾਈਨੈਂਸ਼ੀਅਲ ਟ੍ਰਾਂਜੈਕਸ਼ਨ। ਇਸ ਤੋਂ ਬਾਅਦ ਇਸਨੇ ਕੁਛ ਨਹੀਂ ਕਰਨਾ, ਜਸਟ ਫਾਈਨੈਂਸ਼ੀਅਲ ਟ੍ਰਾਂਜੈਕਸ਼ਨ ਨੂੰ ਰਿਕਾਰਡ ਕਰਕੇ ਰੱਖਣਾ ਹੈਗਾ। ਦੈਨ ਅਕਾਊਂਟਿੰਗ ਨੇ ਸਾਰਾ ਕੁਛ ਦੇਖਣਾ, ਆਪਣੇ ਫਾਈਨੈਂਸ਼ੀਅਲ ਪੋਜੀਸ਼ਨ ਦੇਖਣੀ ਆ, ਦੈਨ ਉਹਨੂੰ ਇਨਫੋਰਮੇਸ਼ਨ ਨੂੰ ਕਮਿਊਨੀਕੇਟ ਕਰਾਉਣਾ ਵੱਖਰੇ ਵੱਖਰੇ ਪਾਰਟੀਜ਼ ਦੇ ਨਾਲ, ਜਿੱਦਾਂ ਕਿ ਤੁਸੀਂ ਓਬਜੈਕਟਿਵ ਦੇ ਵਿੱਚ ਦੇਖ ਹੀ ਰਹੇ ਹੋਵੋਗੇ। ਤਾਂ 4 number ਤੇ ਆ ਜਾਂਦੇ ਨੇਚਰ ਕੀ ਆ ਬੁੱਕ ਕੀਪਿੰਗ ਅਤੇ ਅਕਾਊਂਟਿੰਗ ਦੀ, ਠੀਕ ਹੈ ਜੀ। ਤਾਂ ਜਿਹੜੀ ਬੁੱਕ ਕੀਪਿੰਗ ਹੈਗੀ ਆ ਇਹ ਡੇਲੀ ਰੂਟੀਨ ਦੇ ਵਿੱਚ ਜਿੱਦਾਂ ਕਿ ਮੈਂ ਪਹਿਲਾਂ ਵੀ ਦੱਸ ਕੇ ਹਟਿਆ ਹੁੰਦੀ ਹੈਗੀ ਆ, ਅਤੇ ਉਸੇ ਤਰ੍ਹਾਂ ਅਕਾਊਂਟਿੰਗ ਆ ਜਿਹੜੀ ਉਹ ਐਨਾਲਿਟੀਕਲ ਹੁੰਦੀ ਆ, ਇਹਨੂੰ ਐਨਾਲਿਸਿਸ ਕੀਤਾ ਜਾਂਦਾ, ਅਤੇ ਡਾਇਨਾਮਿਕਲੀ, ਡਾਇਨਾਮਿਕ ਹੁੰਦਾ ਟਾਈਮ ਟੂ ਟਾਈਮ ਜਿਹੜਾ ਚੇਂਜ ਹੁੰਦਾ ਰਹਿੰਦਾ ਸਭ ਪ੍ਰੋਸੀਜਰ ਜਿਹੜਾ। ਅਤੇ ਜਿਹੜੀ ਆਪਣੀ ਬੁੱਕ ਕੀਪਿੰਗ ਹੈਗੀ ਆ ਇਹ ਯੂਨੀਅਰ ਸਟਾਫ ਦੇ ਦੁਆਰਾ ਵੀ ਕੀਤੀ ਜਾ ਸਕਦੀ ਹੈਗੀ ਆ, ਕੋਈ ਵੀ ਯੂਨੀਅਰ ਸਟਾਫ ਜਿਹੜਾ ਹੈਗਾ ਇਸਨੂੰ ਕਰ ਸਕਦਾ ਹੈਗਾ। ਅਤੇ ਅਕਾਊਂਟਿੰਗ ਵਾਸਤੇ ਸਾਨੂੰ ਸੀਨੀਅਰ ਸਟਾਫ ਜਿੱਦਾਂ ਕਿ ਕੋਈ ਅਕਾਊਂਟੈਂਟ ਵਗੈਰਾ ਦੀ ਲੋੜ ਪੈਂਦੀ ਹੈਗੀ ਆ, ਠੀਕ ਹੈ ਜੀ। ਤਾਂ ਉਸਦੇ ਲਾਸਟ ਰਿਲੇਸ਼ਨ ਦੇ ਵਿੱਚ ਲਿਖਦੇ, ਜਿੱਦਾਂ ਕਿ ਮੈਂ ਪਹਿਲਾਂ ਵੀ ਦੱਸ ਕੇ ਹਟਿਆ ਵੀ ਬੁੱਕ ਕੀਪਿੰਗ ਜਿਹੜੀ ਆ ਉਹ ਬੇਸਿਕ ਸਟੇਜ ਆ, ਸਭ ਤੋਂ ਪਹਿਲੀ ਜਿਹੜੀ ਅਕਾਊਂਟਿੰਗ ਦੀ ਸਟੇਜ ਆਪਾਂ ਕਹਿ ਲਈਏ, ਤਾਂ ਬੁੱਕ ਕੀਪਿੰਗ ਇਜ਼ ਦਾ ਬੇਸਿਕ ਸਟੇਜ, ਆਫਟਰ ਡੈਟ ਅਕਾਊਂਟਿੰਗ ਬਿਗਿਨ ਫਰੋਮ ਬੁੱਕ ਕੀਪਿੰਗ, ਠੀਕ ਹੈ। ਜਿੱਥੇ ਬੁੱਕ ਕੀਪਿੰਗ ਖਤਮ ਹੋਈ ਉੱਥੇ ਜਿਹੜੀ ਸਾਡੀ ਅਕਾਊਂਟਿੰਗ ਸ਼ੁਰੂ ਹੋ ਗਈ। ਤਾਂ ਇਹ ਤਾਂ ਸੀਗਾ ਜੀ ਡਿਫਰੈਂਸ ਬਿਟਵੀਨ ਬੁੱਕ ਕੀਪਿੰਗ ਐਂਡ ਅਕਾਊਂਟਿੰਗ। ਤਾਂ ਜਿਹੜਾ ਸਾਡਾ ਅੱਜ ਦਾ ਮੇਨ ਟੋਪਿਕ ਹੈਗਾ ਉਹ ਹੈਗਾ ਜੀ ਡਬਲ ਐਂਟਰੀ ਸਿਸਟਮ। ਤਾਂ ਡਬਲ ਐਂਟਰੀ ਜਿੱਦਾਂ ਕਿ ਨੇਮ ਤੋਂ ਹੀ ਕਲੀਅਰ ਹੋ ਰਿਹਾ, ਡਬਲ ਦਾ ਮਤਲਬ ਦੋ ਵਾਰ, ਐਂਟਰੀ ਦਾ ਮਤਲਬ ਐਂਟਰੀ ਕਰਨੀ, ਠੀਕ ਹੈ ਜੀ। ਤਾਂ ਡਬਲ ਐਂਟਰੀ ਜਿਹਦੇ ਵਿੱਚ ਵੀ ਡਬਲ ਐਂਟਰੀ ਹੋਵੇ, ਡੈਡੀ ਦਾ ਡਬਲ ਐਂਟਰੀ ਸਿਸਟਮ। ਤਾਂ ਦੋ ਜਿਹੜੇ ਪਹਿਲੂ ਇਹਦੇ 'ਚ ਨੋਟ ਕੀਤੇ ਜਾਂਦੇ ਆ, ਡੈਬਿਟ ਐਸਪੈਕਟ ਅਤੇ ਕ੍ਰੈਡਿਟ ਐਸਪੈਕਟ। ਡੈਟ ਮੀਨ ਦੋ ਜਿਹੜੇ ਪਹਿਲੂ ਅਸੀਂ ਉਹ ਧਿਆਨ ਦੇ ਵਿੱਚ ਰੱਖਣੇ ਆ ਡੂਰਿੰਗ ਦਾ ਡਬਲ ਐਂਟਰੀ ਸਿਸਟਮ। ਸਪੋਜ਼ ਡੈਟ ਜੀ ਆਪਾਂ ਕਾਮਨਲੀ ਇੱਕ ਸਿੰਪਲ ਐਗਜ਼ਾਮਪਲ ਲਈਏ, ਸਪੋਜ਼ ਡੈਟ ਮੈਂ ਇੱਕ ਜਿਹੜਾ ਸਮੋਸਾ ਜਿਹੜਾ ਬਾਈ ਕੀਤਾ ਹੈਗਾ, ਠੀਕ ਆ। ਤਾਂ ਜਦੋਂ ਮੈਂ ਸਮੋਸਾ ਬਾਈ ਕੀਤਾ ਤਾਂ ਮੈਂ ਜਿਹੜੇ ਸਪੋਜ਼ ਡੈਟ 10 rupees ਦਾ ਸੀਗਾ, ਤਾਂ ₹10 ਮੈਂ ਸੈਕਰੀਫਾਈ ਕੀਤੇ ਅਤੇ ਜਿਹੜਾ ਸਮੋਸਾ ਸੀਗਾ ਉਹ ਮੇਰੇ ਕੋਲ ਆ ਗਿਆ। ਤਾਂ ਜਿਹੜੀ ਚੀਜ਼ ਮੇਰੇ ਕੋਲ ਆ ਗਈ ਉਹ ਡੈਬਿਟ ਹੋ ਜੂਗੀ, ਤਾਂ ਜਿਹੜੀ ਚੀਜ਼ ਜਿਹੜਾ ਮੈਂ ਹੁਣ ਪੈਸੇ ਜਿਵੇਂ ਮੈਂ ₹10 ਦਿੱਤੇ ਸੈਕਰੀਫਾਈ ਕੀਤੇ ਉਹ ਕ੍ਰੈਡਿਟ ਦੇ ਵਿੱਚ ਐਂਟਰ ਹੋ ਜਾਣਗੇ। ਤਾਂ ਥੱਲੇ ਤੁਸੀਂ ਇੱਕ ਸਕਰੀਨ 'ਤੇ ਦੇਖ ਰਹੇ ਹੋਵੋਗੇ ਐਗਜ਼ਾਮਪਲ ਜਰਨਲ ਦੀ, ਠੀਕ ਆ। ਇਹਦੇ ਵਿੱਚ ਡਬਲ ਐਂਟਰੀ ਕੀਤੀ ਹੋਈ ਆ ਡੈਬਿਟ ਅਤੇ ਕ੍ਰੈਡਿਟ ਦੀ, ਠੀਕ ਆ। ਤਾਂ ਕੋਈ ਚੀਜ਼ ਸੇਲ ਕੀਤੀ ਹੋਣੀ ਆ, ਤਾਂ ਓਬਵੀਅਸਲੀ ਗੱਲ ਆ ਵੀ ਜੋ ਚੀਜ਼ ਅਸੀਂ ਸੇਲ ਕਰਦੇ ਹਾਂ ਉਹਨੂੰ ਅਸੀਂ ਕੈਸ਼ 'ਤੇ ਹੀ ਸੇਲ ਕੀਤਾ ਹੋਊਗਾ, ਠੀਕ ਆ। ਤਾਂ ਜਿੱਦਾਂ ਕਿ ਮੈਂ ਦੱਸ ਕੇ ਹਟਿਆ ਜਿਹੜੀ ਚੀਜ਼ ਅਸੀਂ ਰਿਸੀਵ ਕਰਦੇ ਹਾਂ ਉਸਨੂੰ ਅਸੀਂ ਡੈਬਿਟ ਦੇ ਵਿੱਚ ਨੋਟ ਕਰਨਾ, ਅਤੇ ਜਿਹੜੀ ਚੀਜ਼ ਅਸੀਂ ਸੈਕਰੀਫਾਈ ਕਰਦੇ ਹਾਂ ਉਸਨੂੰ ਅਸੀਂ ਜਿਹੜਾ ਕ੍ਰੈਡਿਟ ਦੇ ਵਿੱਚ
नोट करना है ठीक है जी। तो जिदा कि कैश हम जे मैं चीज़ वेची आ तो डेटमीन कैश मेरे को आया तो वह मैं डेबिट वाली एंट्री दे देख सकते हो एंटर किया है। तो जी सेल सपोज डेट कोई भी गुड्स वगैरह हो सकती है वह मैं सेल की तो वह जी है वो क्रेडिट पोर्शन एंटर होगी। तो यह डबल एंट्री तो यदि डेफिनेशन पढ़ लीए ठीक है। द डबल एंट्री सिस्टम ऑफ अकाउंटिंग और बुक कीपिंग मीन डेट द एवरी बिजनेस ट्रांजैक्शन अमाउंट मस्ट बी रिकॉर्डेड इन मिनिमम टू अकाउंट। डेट मीन डबल एंट्री के मान लो सपोज डेट एक ट्रांजैक्शन नोट मैं करनी हाँ जिदा भी मैं दस के हटिया वो मिनीम दो अकाउंट के ही नोट होनी आ जिदा डेबिट तो क्रैडिट सपो जिमें समोसा मेरे को आया तो वह डेबिट के नोट हो गया तो जे 10 रुपये मैं दुकानदार को दिते जे मैं सैक्रीफाइस किए वह क्रैडिट के नोट हो गए। तो डेट दिस इज द कॉन्सैप्ट ऑफ डबल एंट्री सिस्टम इन बुक कीपिंग ठीक है जी। तो यदि बाद मैं पीडीएफ अपनी जी अपनी फाइल है तुहाडे नाल शेयर कर दूंगा पावर पॉइंट वाली पीपीटी। तो दैन आफ्टर डेट उन्होंने एक एग्जाम्पल दी है एग्जाम्पल की हैगी भी कोई कंपनी हैगी बैंक तो $10,000 जो उधार लेंदी है ठीक है। तो कंपनी के नगद खाते में $10,000 का वाधा हो गया डेट मीन जो 10,000 कंपनी ने लोन ले ले तो वह जो 10,000 कंपनी के खाते के आ गया ठीक है। तो साइमनटेनियसली 10,000 जरा मेरी लाइबिलिटी भी बन गया कंपनी की लाइबिलिटी भी बन गया डेट मीन उसकी देनदारियां भी बन गया ठीक है जी। तो जी 10,000 वाली एंट्री है ये दो पासे जी नोट होनी है ठीक है जी। संपत्ति को बधाने डेबिट एंट्री की लोड़ होंगी है जो हम मेरे को आई संपत्ति बढ़ गई डेट मीन मेरी एसेट बढ़ गई संपत्ति मीन एसेट ठीक है। हम जी मेरी एसेट बढ़ गई डेट मीन डेबिट के पोर्शन के चली जाऊ ठीक है। तो जी मेरी हम देनदारियां देनदारियां मतलब लाइबिलिटीज जिन्होंने कर्जा कह लो लोन कह लो वो जी है क्रैडिट पोर्शन के एंटर हो जूगी। तो डेट मीन डेबिट के भी $10,000 अपने डॉलर एड हो गया तो क्रैडिट के भी $10,000 एड हो गया एक जस्ट कंपनी ने जो लोन लिया ठीक है डेबिट से क्रैडिट जी जी चीज़ आई तो जी चीज़ गई। तो दिस इज द एग्जाम्पल ऑफ डबल एंट्री सिस्टम ठीक है जी। दैन आफ्टर डैट एक क्वेश्चन क्वेश्चन हैगी है जी हेल्प के नाल असी जी इन मेजर करते हैं डबल एंट्री सिस्टम न तो ये लिखा एसेट इज इक्वल टू लाइबिलिटी प्लस ऑनर इक्विटी ठीक है। एसेट जिम्मे मैं तुम्हें दस के हटिया एसेट साड़ी जी जायदाद बराबर है लाइबिलिटी जो असी करजा वगैरह साढ़े तो लोन हैगा ठीक है जो असी देना देनदारियां जिन्होंने कहें ठीक है प्लस ऑनर इक्विटी होंगी है जो ऑनर द्वारा जिम्मे कैपीटल कह लो प्लस ऑनर की जी एक्सपेंडिचर जो उसने अर्न किया जा एक्सपेंड किया ठीक है डेट इज इक्वल टू एसेट ये एसेट के बराबर होनी चाहिए है। तो आ जी इक्वेशन के अकॉर्डिंगली तुहाडी डबल एंट्री सिस्टम जी वर्क करती हैगी। हुण जे आपां गल करिए डबल एंट्री की एडवांटेजेस की जिदा कि हर चीज़ की कोई ना कोई एडवांटेज भी होंगी है तो डिसएडवांटेजेस भी होंदिया ने। तो सब तो पहला जो आप एडवांटेज बारे डिस्कस करिए कहिंदा अनेबल टू कीप द रिकॉर्ड ऑफ बिजनेस ट्रांजैक्शन। सब तो पहली जी एडवांटेज असं पढ़ भी लई सूँ पता भी लग गया डैट मीन ए एवरी ईच एंड एवरी कोई भी ट्रांजैक्शन आ सारियां नूं जी मेजर करती हैगी ठीक है। प्रोवाइड अ चैक ऑन द अरिथमैटिक एकूरेसी अरिथमैटिक डैट मीन मैथमैटिक एकूरेसी मतलब करैक्टनैस ठीक है। ये सानू फैसिलिटी प्रोवाइड करती है कि जी थोड़ी अरिथमैटिक एकूरेसी बनी रहे वो तो बनी रहेगी क्योंकि जी साड़ियां लेनदारियां ते देनदारियां जां डेबिट जां क्रैडिट हैगा वो साइमन रिकॉर्ड होंगे है ठीक है। तो 3 नंबर एडवांटेज हैगी है गिवन द रिजल्ट ऑफ बिजनेस एक्टिविटी तो सानू साडे बिजनेस की कली कली एक्टिविटी बारे ये सानू समय समय सर दसदी रही हैगी है क्योंकि रोज़ असी नवी तो नवी ट्रांजैक्शन ये एंटर करते हैं तो साडे को रिकॉर्ड होंदा जिहदे नाल जिहड़ी कली कली एक्टिविटी असी देख सकते हैं बिजनेस की ठीक है। दैन शो द फाइनैशियल पोजिशन फाइनैशियल पोजिशन मतलब कि साडी कंपनी फाइनैशियल लैवल से कितने स्टैंड करती है ठीक है क्योंकि असी कली कली चीज़ नोट करते हैं कि साडे कोल गया तो कि साडे कोल आया वो सारिया चीज़ा असी नोट करते हैं तो करके जी बुक कीपिंग हैल्प करती है डबल एंट्री सॉरी जो डबल एंट्री आनू हैल्प करती है कि असी फाइनैशियल तौर पर कितने जे स्टैंड करते हैं। दैन मेक पॉसीबल ऑफ कंपेरिजन कंपेरिजन का मतलब भी लास्ट साल जो लास्ट फाइनैशियल ईयर सगा तो जो हूँ चल रहा इन दोनों के जे अगर असी कंपेरिजन करना हो लास्ट समय किन्नी सेल हुई थी तो हूँ साड़ी किन्नी सेल हुई है तो ईजीली वी कैन मेक कंपेरिजन बिटवीन द प्रीवियस ईयर एंड करंट ईयर ठीक है जी। दैन अगे आ गया 6 नंबर पर रिड्यूस द चांस ऑफ एरर एरर का मतलब गलती होने वाले कोई चांस रेंदे ही नहीं क्योंकि असी रोज़ नवी तो नवी ट्रांजैक्शन नोट करनी है तो दोनों ही असी क्रैडिट के डेबिट वाले पास एंटर करना तो डैट मीन उस समय साड़ी कोई गुंजाइश रह ही नहीं जाती जी है एरर
ਜਿਹੜੀ ਐਰਰ ਹੋਣ ਦੀ, ਠੀਕ ਹੈ, ਤਾਂ ਡੈਟ ਮੀਨ ਤੁਹਾਡੇ ਜਿਹੜੇ ਉਹਦੇ ਡਬਲ ਐਂਟਰੀ ਬੁੱਕ ਕੀਪਿੰਗ ਦੇ ਵਿੱਚ ਐਰਰ ਨਹੀਂ ਹੋਊਗੀ। ਤਾਂ ਈਜ਼ੀ ਟੂ ਨੋ ਦ ਡਿਟੇਲ ਆਫ ਐਨੀ ਅਕਾਊਂਟ। ਤਾਂ ਜਿੱਦਾਂ ਕਿ ਤੁਹਾਨੂੰ ਪਤਾ ਵੀ ਹੈ ਆਪਾਂ ਅਕਾਊਂਟ ਦੇ ਥਰੂ ਆਪਣੀ ਜਿਹੜੀ ਟ੍ਰਾਂਜੈਕਸ਼ਨ ਨੋਟ ਕਰਦੇ ਹਾਂ, ਤਾਂ ਤੁਸੀਂ ਕਿਸੇ ਵੀ ਅਕਾਊਂਟ ਬਾਰੇ ਅਗਰ ਜਾਣਨਾ ਚਾਹੁੰਦੇ ਹੈਗੇ ਹੋ ਤਾਂ ਬੁੱਕ ਡਬਲ ਐਂਟਰੀ ਦੀ ਹੈਲਪ ਦੇ ਨਾਲ ਅਸੀਂ ਜਿਹੜਾ ਉਹਦੇ ਬਾਰੇ ਜਾਣ ਸਕਦੇ ਹਾਂ। ਤਾਂ ਇਹ ਤਾਂ ਸੀਗੀਆਂ ਜੀ ਸੱਤ ਐਡਵਾਂਟੇਜਸ ਜਿਹੜੀਆਂ ਸਾਡੀਆਂ ਡਬਲ ਐਂਟਰੀ ਸਿਸਟਮ ਦੀਆਂ ਸੀਗੀਆਂ। ਤਾਂ ਹੁਣ ਉਸੇ ਤਰ੍ਹਾਂ ਜਿਵੇਂ ਸਿੱਕੇ ਦੇ ਦੋ ਪਹਿਲੂ ਐਡਵਾਂਟੇਜਸ ਵੀ ਆ ਤੇ ਡਿਸਐਡਵਾਂਟੇਜਸ ਵੀ ਹੈਗੇ ਆ, ਤਾਂ ਡਿਸਐਡਵਾਂਟੇਜਸ ਜਿਹੜੀਆਂ ਹੈਗੀਆਂ ਉਹਦੇ ਬਾਰੇ ਜੇ ਅਗਰ ਆਪਾਂ ਡਿਸਕਸ ਕਰੀਏ ਤਾਂ ਰਿਕੁਆਇਰਮੈਂਟ ਆਫ ਐਕਸਪਰਟ ਨੌਲੇਜ। ਇਹ ਜੇ ਅਗਰ ਤੁਸੀਂ ਡਬਲ ਐਂਟਰੀ ਬੁੱਕ ਕੀਪਿੰਗ ਕਰਨੀ ਆ ਤਾਂ ਤੁਹਾਨੂੰ ਕਿਸੇ ਐਕਸਪਰਟ ਪਰਸਨ ਦੀ ਨੌਲੇਜ ਹੋਣਾ ਜ਼ਰੂਰੀ ਹੈਗਾ। ਤਾਂ ਡੈਟ ਮੀਨ ਤੁਹਾਨੂੰ ਅੰਡਰ ਗਾਈਡੈਂਸ ਵਿੱਚ ਰਹਿ ਕੇ ਹੀ ਉਹ ਜਿਹੜਾ ਕੰਮ ਸਪੈਸੀਫਿਕ ਕੰਮ ਉਹ ਕਰਨਾ ਪੈਣਾ। ਦੈਨ ਦੋ ਨੰਬਰ ਤੇ ਹੈਗਾ ਲੈਂਥੀ ਕੰਪਲੈਕਸ ਪ੍ਰੋਸੈਸ। ਲੈਂਥੀ ਹੈ ਕਿਉਂਕਿ ਜਿਹੜਾ ਸਾਡਾ ਡਬਲ ਐਂਟਰੀ ਆ ਡੈਟ ਇਜ਼ ਦਾ ਬੇਸਿਕ, ਜਿੱਦਾਂ ਕਿ ਮੈਂ ਪਹਿਲਾਂ ਵੀ ਦੱਸ ਕੇ ਹਟਦੇ ਹਾਂ, ਠੀਕ ਆ। ਦੈਨ ਆਫਟਰ ਡੈਟ ਅਸੀਂ ਅਕਾਊਂਟਿੰਗ ਸ਼ੁਰੂ ਕਰਨੀ ਆ। ਅਕਾਊਂਟਿੰਗ ਦੇ ਵਿੱਚ ਸੋ ਔਨ ਲੈਜਰ, ਜਰਨਲ, ਟ੍ਰਾਈ ਬੈਲੈਂਸ, ਠੀਕ ਆ, ਤਾਂ ਬੈਲੈਂਸ ਸ਼ੀਟ, ਬਹੁਤ ਸਾਰੀਆਂ ਸਟੇਜਸ ਜਿਹੜੀਆਂ ਅਸੀਂ ਜਿਹੜੀਆਂ ਉਹ ਕੰਪਲੀਟ ਕਰਕੇ ਦੈਨ ਅਸੀਂ ਰਿਜ਼ਲਟ ਫਾਈਂਡ ਆਊਟ ਕਰਨਾ। ਤਾਂ ਜਿਹੜਾ ਇਹ ਕੰਸੈਪਟ ਹੈਗਾ, ਪ੍ਰੋਸੈਸ ਹੈਗਾ, ਇਹ ਬਹੁਤ ਲੈਂਥੀ ਹੈਗਾ ਤੇ ਐਕਸਪੈਂਸਿਵ। ਐਕਸਪੈਂਸਿਵ ਤਾਂ ਵਾ ਕਿਉਂਕਿ ਲੈਂਥੀ ਪ੍ਰੋਸੈਸ ਆ। ਦੈਨ ਕੋਈ ਨਾ ਕੋਈ ਜਿਹੜਾ ਤੁਸੀਂ ਪਰਸਨ ਆ ਇਸ ਨੂੰ ਕਰਨ ਵਾਸਤੇ ਉਹਨੂੰ ਹਾਇਰ ਵੀ ਕਰੋਗੇ। ਅਗਰ ਤੁਸੀਂ ਉਹਨੂੰ ਹਾਇਰ ਕਰਦੇ ਹੋ ਦੈਨ ਤੁਹਾਨੂੰ ਉਹਨੂੰ ਕੁਛ ਨਾ ਕੁਛ ਪੇ ਵੀ ਕਰਨਾ ਪੈਣਾ। ਤਾਂ ਇਹ ਥੋੜੀਆਂ ਜਿਹੜੀਆਂ ਡਿਸਐਡਵਾਂਟੇਜ ਸੀਗੀਆਂ ਡਬਲ ਐਂਟਰੀ ਸਿਸਟਮ ਦੀਆਂ। ਤਾਂ ਹੁਣ ਅਸੀਂ ਡਬਲ ਐਂਟਰੀ ਕਿੱਦਾਂ ਕਰਨੀ ਆ, ਤਾਂ ਉਹਦੇ ਥੋੜੇ ਜਿਹੇ ਰੂਲ ਹੁੰਦੇ ਆ, ਠੀਕ ਆ। ਉਹ ਜਿਹੜੇ ਰੂਲ ਅਸੀਂ ਫੋਲੋ ਕਰਕੇ ਤੇ ਅਸੀਂ ਆਪਦੀ ਜਿਹੜੀ ਆ ਸਕਦੇ ਹਾਂ। ਤਾਂ ਜਿੱਦਾਂ ਕਿ ਤੁਹਾਨੂੰ ਪਤਾ ਹੀ ਹੋਵੇਗਾ ਕਿ ਅਗਰ ਮੈਂ ਕੋਈ ਉਹ ਰਿਕਾਰਡ ਕਰਨੀ ਆ ਤਾਂ ਮੈਂ ਥਰੂ ਹੀ ਰਿਕਾਰਡ ਕਰੂੰਗਾ। ਤਾਂ ਜਿੱਦਾਂ ਕਿ ਤੁਸੀਂ ਦੇਖ ਸਕਦੇ ਹੋ ਕਿ ਮੇਰੇ ਕੋਲ ਤਿੰਨ ਤਰ੍ਹਾਂ ਦੇ ਅਕਾਊਂਟ ਦਿਖਾਈ ਦੇ ਰਹੇ ਹੈਗੇ ਆ। ਪਹਿਲਾ ਹੈਗਾ ਜੀ ਪਰਸਨਲ ਅਕਾਊਂਟ, ਤੇ ਤੀਜਾ ਹੈਗਾ ਵਾ ਨੋਮੀਨਲ ਅਕਾਊਂਟ, ਠੀਕ ਆ। ਤਾਂ ਹੁੰਦਾ ਪਰਸਨਲ ਅਕਾਊਂਟ ਜਿਹਦੇ ਵਿੱਚ ਕਿਸੇ ਪਰਸਨ ਜਾਂ ਕੰਪਨੀ ਦੇ ਵਿੱਚ ਹੋਵੇ ਉਹ ਹੁੰਦਾ ਪਰਸਨਲ ਅਕਾਊਂਟ, ਠੀਕ ਆ। ਕਿਸੇ ਪਰਸਨ ਦੇ ਨਾਮ, ਕਿਸੇ ਕੰਪਨੀ ਦੇ ਨਾਮ, ਹਰ ਮਤਲਬ ਕੋਈ ਵੀ ਆਰਗੇਨਾਈਜੇਸ਼ਨ, ਠੀਕ ਆ। ਤਾਂ ਦੋ ਨੰਬਰ ਤੇ ਆ ਗਿਆ ਜੀ ਰੀਅਲ ਅਕਾਊਂਟ, ਠੀਕ ਆ। ਤਾਂ ਰੀਅਲ ਅਕਾਊਂਟ ਦੇ ਵਿੱਚ ਆਰਟੀਫਿਸ਼ੀਅਲ ਥਿੰਗਸ ਜਿਹੜੀਆਂ ਇਨਕਲੂਡ ਹੁੰਦੀਆਂ। ਆਰਟੀਫਿਸ਼ੀਅਲ ਥਿੰਗਸ ਜਿਵੇਂ ਐਸੈਟਸ ਹੋ ਗਈਆਂ, ਐਸੈਟ ਜਿਵੇਂ ਤੁਹਾਡੀ ਜਾਇਦਾਦ, ਗੁੱਡਸ ਵਗੈਰਾ ਜੋ ਚੀਜ਼ ਤੁਸੀਂ ਵੇਚ ਰਹੇ ਹੋ ਜਾਂ ਖਰੀਦ ਰਹੇ ਹੋ। ਤੇ ਤੀਜਾ ਨੰਬਰ ਕੈਸ਼, ਇਹ ਚੀਜ਼ਾਂ ਜਿਹੜੀਆਂ ਤੁਹਾਡੀਆਂ ਰੀਅਲ ਅਕਾਊਂਟ ਦੇ ਵਿੱਚ ਜਿਹੜੀਆਂ ਉਹ ਮੈਜ਼ਰ ਹੋਣਗੀਆਂ। ਤਿੰਨ ਨੰਬਰ ਤੇ ਆ ਗਿਆ ਜੀ ਨੋਮੀਨਲ ਅਕਾਊਂਟ, ਠੀਕ ਆ। ਤਾਂ ਨੋਮੀਨਲ ਅਕਾਊਂਟ ਦੇ ਵਿੱਚ ਅਸੀਂ ਲੋਸਿਸ, ਐਕਸਪੈਂਸਿਸ, ਜੋ ਆਰਗੇਨਾਈਜੇਸ਼ਨ ਦੇ ਲੋਸਿਸ ਹੋਏ ਜਾਂ ਉਹਨੂੰ ਐਕਸਪੈਂਸਿਸ ਹੋਏ ਜਾਂ ਇਨਕਮ ਹੋਈ ਜਾਂ ਤੁਸੀਂ ਕੋਈ ਡਿਸਕਾਊਂਟ ਦਿੱਤਾ ਜਾਂ ਲਿਆ ਜਾਂ ਤੁਸੀਂ ਕਮਿਸ਼ਨ ਦਿੱਤਾ ਜਾਂ ਕਮਿਸ਼ਨ ਤੁਹਾਨੂੰ ਆਇਆ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਹ ਨੋਮੀਨਲ ਅਕਾਊਂਟ ਦੇ ਵਿੱਚ ਨੋਟ ਹੋਣਗੀਆਂ। ਤਾਂ ਪਰਸਨਲ ਅਕਾਊਂਟ ਜਸਟ ਪਰਸਨ, ਕੰਪਨੀ ਐਂਡ ਫਰਮ, ਤੇ ਰੀਅਲ ਅਕਾਊਂਟ ਜਸਟ ਆਰਟੀਫਿਸ਼ੀਅਲ ਥਿੰਗਸ, ਤੇ ਤੀਜੀ ਹੈਗੀ ਜੀ ਨੋਮੀਨਲ ਅਕਾਊਂਟ ਜਿਹਦੇ ਵਿੱਚ ਲੋਸਿਸ, ਐਕਸਪੈਂਸਿਸ, ਇਨਕਮ ਤੇ ਕਮਿਸ਼ਨ ਤੇ ਡਿਸਕਾਊਂਟ ਜਿਹੜਾ ਉਹ ਮੈਜ਼ਰ ਹੋਣਾ। ਤਾਂ ਹੁਣ ਇਹਨਾਂ ਅਕਾਊਂਟ ਦੇ ਬੇਸਿਸ ਤੇ ਅਸੀਂ ਕਿੱਦਾਂ ਜਿਹੜੇ ਉਹ ਰੂਲ ਅਪਲਾਈ ਕਰਨੇ ਆ ਉਹਦੇ ਬਾਰੇ ਥੋੜ੍ਹੀ ਜਿਹੀ ਚਰਚਾ ਆਪਾਂ ਕਰਨੀ ਹੈਗੀ ਆ। ਤਾਂ ਜਿੱਦਾਂ ਕਿ ਤੁਹਾਨੂੰ ਮੈਂ ਦੱਸ ਕੇ ਹਟਿਆ ਵੀ ਤਿੰਨ ਤਰ੍ਹਾਂ ਦੇ ਅਕਾਊਂਟ ਆ। ਹੁਣ ਪਹਿਲੇ ਅਕਾਊਂਟ ਦੇ ਵਿੱਚ ਜਿਹੜੀ ਡਬਲ ਐਂਟਰੀ ਦੀ ਕੀ ਆਪਾਂ ਰੂਲ ਫੋਲੋ ਕਰਨਾ, ਸਭ ਤੋਂ ਪਹਿਲਾਂ ਹੈਗਾ ਜੀ ਪਰਸਨਲ ਅਕਾਊਂਟ। ਉਹਦੇ ਵਿੱਚ ਰੂਲ ਫੋਲੋ ਹੋਣਾ ਡੈਬਿਟ ਦਾ ਰਿਸੀਵਰ ਐਂਡ ਕ੍ਰੈਡਿਟ ਦਾ ਗਿਵਰ। ਜੋ ਚੀਜ਼ ਸਾਡੇ ਕੋਲ ਆਈ ਜਿੱਦਾਂ ਆਪਾਂ ਪਹਿਲਾਂ ਵੀ ਡਿਸਕਸ ਕੀਤਾ, ਡੈਟ ਇਜ਼ ਆ ਉਹ ਡੈਬਿਟ ਵਾਲੇ ਪੋਰਸ਼ਨ 'ਚ ਚਲੇ ਜਾਣੀ ਆ। ਜੋ ਸਾਡੇ ਵੱਲੋਂ ਕੋਈ ਚੀਜ਼ ਗਈ ਉਹ ਕ੍ਰੈਡਿਟ ਵਾਲੇ ਪੋਰਸ਼ਨ ਦੇ ਵਿੱਚ ਐਂਟਰ ਹੋ ਜਾਣੀ ਆ। ਜਿੱਦਾਂ ਮੈਂ ਇੱਕ ਐਗਜ਼ਾਮਪਲ ਵੀ ਲਿਖੀ ਆ, ਮੋਹਨ ਪਰਚੇਜ ਦਾ ਗੁਡਸ ਫਰੋਮ ਸ਼ਾਮ, ਠੀਕ ਆ। ਤਾਂ ਜਿਹੜਾ ਮੋਹਨ ਆ ਉਹ ਗੁਡਸ ਪਰਚੇਜ ਕਰ ਰਿਹਾ, ਠੀਕ ਆ ਜੀ। ਤਾਂ ਮੋਹਨ ਸਾਡੇ ਕੋਲ ਹੋ ਗਿਆ ਡੈਬਿਟਰ, ਠੀਕ ਆ, ਕਿਉਂਕਿ ਮੋਹਨ ਦੇ ਕੋਲ ਜਿਹੜੀਆਂ ਗੁਡਸ ਹੈਗੀਆਂ ਉਹ ਆਈਆਂ ਹੈਗੀਆਂ। ਦੈਨ ਸ਼ਾਮ ਜਿਹੜਾ ਹੈਗਾ ਉਹ ਸਾਨੂੰ ਵੇਚ ਰਿਹਾ, ਠੀਕ ਆ। ਤਾਂ ਸ਼ਾਮ ਕੀ ਹੋ ਗਿਆ ਜੀ ਕ੍ਰੈਡਿਟਰ, ਠੀਕ ਆ। ਦੈਨ ਦੋ ਨੰਬਰ ਤੇ ਹੈਗਾ ਰੀਅਲ ਅਕਾਊਂਟ। ਜਿੱਦਾਂ ਦੂਸਰੇ ਰੀਅਲ ਅਕਾਊਂਟ ਦੇ ਵਿੱਚ ਕੀ ਜਿਹੜਾ ਰੂਲ ਫੋਲੋ ਹੋਣਾ ਉਹ ਹੈਗਾ ਜੀ ਡੈਬਿਟ ਵਟ ਕਮਸ ਇਨ ਐਂਡ ਕ੍ਰੈਡਿਟ ਵਟ ਗੋਜ਼ ਆਊਟ। ਕਮਸ ਇਨ ਜਿੱਦਾਂ ਕਿ ਆਪਾਂ ਦੱਸਿਆ ਵੀ ਰੀਅਲ ਅਕਾਊਂਟ ਦੇ ਵਿੱਚ ਆਰਟੀਫਿਸ਼ੀਅਲ ਚੀਜ਼ਾਂ ਹੀ ਵਰਤੀਆਂ ਜਾਣੀਆਂ, ਡੈਟ ਮੀਨ ਉਹ ਬਿਜ਼ਨਸ ਦੇ ਵਿੱਚ ਆਈਆਂ ਨਾ। ਤਾਂ ਵਟ ਕਮਸ ਇਨ ਜੋ ਤੁਹਾਡੇ ਬਿਜ਼ਨਸ ਦੇ ਵਿੱਚ ਆਇਆ, ਠੀਕ ਆ, ਐਂਡ ਕ੍ਰੈਡਿਟ ਵਟ ਗੋਜ਼ ਆਊਟ ਜੋ ਚੀਜ਼ਾਂ ਤੁਸੀਂ ਗਈਆਂ। ਸਪੋਜ਼ ਡੈਟ ਇੱਕ ਗੁਡਸ ਦੀ ਐਗਜ਼ਾਮਪਲ ਜੇ ਲੈ ਲਈਏ ਆਪਾਂ, ਕੋਈ ਚੀਜ਼ ਹੈਗੀ ਆ ਉਹ ਤੁਸੀਂ ਵੇਚੀ ਆ, ਠੀਕ ਆ, ਤਾਂ ਉਹ ਕੀ ਹੋ ਗਿਆ, ਜਿਹੜੀ ਵੇਚੀ ਹੋਊਗੀ ਉਹ ਕ੍ਰੈਡਿਟ ਹੋਜੂਗੀ ਤੇ ਜਿਹੜੀ ਪੈਸਾ ਆਇਆ ਉਹ ਡੈਬਿਟ ਹੋਜੂ, ਠੀਕ ਆ। ਤਾਂ ਇਹਦੇ ਐਗਜ਼ਾਮਪਲ ਦੇ ਵਿੱਚ ਹੈਗੀ ਚੀਜ਼ ਵੀ ਫਰਨੀਚਰ ਪਰਚੇਜ਼ ਔਨ ਕੈਸ਼ 500, ਠੀਕ ਆ। ਤਾਂ ਇਹਦੇ ਵਿੱਚ ਜਿਹੜਾ ਫਰਨੀਚਰ ਆ ਉਹ ਪਰਚੇਜ਼ ਕੀਤਾ, ਡੈਟ ਮੀਨ ਉਹ ਆਇਆ ਜਿਹੜਾ ਫਰਨੀਚਰ ਆ ਉਹ ਡੈਬਿਟ ਹੋ ਗਿਆ। ਜੋ ਕਮਜ਼
वट कम अपने को फर्नीचर आया वो डेबिट में एंट्री होगी तो जो 500 जो सो गया तो वह कैश अकाउंट के क्रैडिट हो जूगा ठीक है जी। तो तीजा नंबर आ गया नॉमीनल अकाउंट। नॉमीनल अकाउंट के जिदा कि तुम्हें पहले भी दसिया एक्सपेंसिव नोट होंगे इनकम नोट होंगी डिस्काउंट नोट नोट हों कमीशन नोट हों ठीक है। तो यदा जोड़ा अपना रूल है डेबिट ऑल द लॉसिज एंड एक्सपेंसिज जो साढ़े सूँ लॉसिज हो एक्सपेंसिज किए एक्सपेंसिज कुछ भी हो सकता जो तुझे खर्चे है वो डेबिट हो जाएंगे एंड क्रैडिट इनकम एंड गेन जो असी गेन किया पोजैट कोई प्रॉफिट होया ठीक है जी या कोई सानू डिस्काउंट मिलया वह क्रैडिट पोर्शन के एंटर कर देना। सो दीज आर द रूल विद द हैल्प ऑफ दीज रूल वी कैन मेक डबल एंट्री ठीक है जी। दैन आफ्टर दैट जो सैकेंड साडा कॉन्सैप्ट है दैट इज़ वेरी इंपॉर्टेंट बजटिंग सिस्टम ठीक है। तो बजट की अगर जी असी गल करते हैं तो वट इज़ बजट ठीक है। तो असी घर भी सिंपल असी गल करते हैं भी साडा बजट नहीं है दैट मीन प्रडिक्शन कह सकते हैं ठीक है फ्यूचर प्लान कह सकते हैं। तो हर एक चीज भी असं अगर बाय करनी है जो कुछ भी करना तो असं वह एक जो बजट आट करते हैं ठीक है। दैन जो बजट सैट करते हैं बाद आपका जो इंप्लीमेंट करते हैं कई बार ये प्रडिक्शन होंगी है प्रडिक्शन मतलब समझ गए होवेंगे भी संभावनावान ठीक है। तो बजट करैक्ट नहीं होंगे जोड़ा बजट हैगा वो वाधा या घटता ही रहा। तो अज असी बजट मैनेजमेंट की गल करनी है तो जो टैली EP9 हैगा असी कि बजट में क्रिएट करना अज के टॉपिक भी सीखना है। तो बेसिकली बजट की है तो बजट आर क्वानटेटिव प्लैन फॉर द फ्यूचर ठीक है। ये गुणात्मक योजनावान जिड़िया भविख वास्ते कोई भी ऑर्गनाइजेशन करती हैगी क्या प्रबंधन में बजट अवधि के दौरान बजट के अनुमान लेखा डेटा की तुलना करनी चाहिए है तो किसी भी अंतर पड़ताल करनी चाहिए है तो वह पिछले ज अगले बजट में ध्यान हित रखते हुए उन्होंने पड़ताल करता बना बट यह जो कोई सफल प्रबंधन की एग्जाम्पल नहीं हैगी जो बजट हैगा ये सफल प्रबंधन की एग्जाम्पल नहीं हैगी जस्ट ये प्रडिक्शन है बट ये प्रडिक्शन असी आपकी ऑर्गनाइजेशन प्रॉफिट वाल लिजाण वास्ते जरूर तैयार करते हैं। तो वह किदा असी टैली के तैयार करना वो भी अज आप बारे डिस्कस करना। तो थोड़े जे जो स्टैप है यूजिंग PPT मैं तुम्हें समझा दें तो इदा तो समझ नहीं लगने बट मैं कोशिश करना भी तुम्हें सीधा ही जो टैली के थ्रू ये समझाने की कोशिश करा कि असी आपका बजट किदा क्रिएट करना है ठीक है जी। तो मैं इन्हों की डेफिनेशन हूँ तो दस जा क्योंकि फिर सूँ वापस आना पेगा। तो सैकेंड थिंग हैगी सनैरियो सिस्टम। तो सनैरियो डैट मीन जी अगर तुम गूगल करो तो सनैरियो का मीन है जी दृश्य ठीक है। तो तुम आपकी ऑर्गनाइजेशन के रेंद कोई भी सपोज डैट मेरी एक कोई सेल आ जी हजे तक इंप्लीमेंट नहीं हुई सेल हजे तक नहीं हुई बट मैं चाहना कि उसनों मैं जरा एक फेक बिल बना के पहले रख ला ठीक है। आपकी सेल का मैं बिल पहले बना के रख लिया बट जो मैं बिल बनाया उन्हें मेरे अकाउंटिंग डाटे के उत्ते कोई भी इफेक्ट नहीं किया क्योंकि उसनों मैं सनैरियो की हैल्प के नाल ही बनाया है अजे तक उसने मेरे आपके जोड़े अकाउंटिंग खाते के कोई इफेक्ट नहीं किया। अगर मैं सनैरियो नहीं बनाऊंगा दैन जी वो सेल बिल है वो इंप्लीमेंट होजूगा तो जो चीज़ सेल हो रिडक्ट होजूगी तो इनकम साढ़े को आजूगी बट ये भी असी जस्ट पहला तो ही प्रिपेयर करके रखना प्रभावी तौर पर वापरन वाली जिड़िया भी घटनावान है उन्होंने पहला मान के चलना कि चीज़ सनैरियो असं कि तैयार कर सकते हैं वो भी अज आप EPF सॉरी टैली के डिस्कस करना। तो एक डायग्राम तुम देख रहे होवोगे सनैरियो मैनेजमेंट की ठीक है। तो लैफ्ट साइड पर एक ब्लॉक बनया हुआ जिद लिखा जी सनैरियो और पॉसीबल अकरेंस ऑफ ईवेंट मतलब जो भी पॉसीबल ईवेंट भी जो भविख के होने वाला ठीक है उन्होंने असी एक अनुमान लैके चलना है। दैन राइट हैंड साइड के सैकेंड स्टैप की हैगा उन्होंने पॉसीबल ओपरचुनिटी असाइनिंग आउट ऑफ सच अकरेंस ठीक है। जो चीज़ा होने वाली जो ओपरचुनिटी होने वाली उन्होंने पॉसीबल करना एक एज ए पॉसीबल मान के चलना। दैन डाउन साइड से जो वर्क आ वो मैनेजमेंट द्वारा जोड़ा वो किया जाना है। तो यह चीज़ा जीडिया साड़ी EPF टैली के कि होनिया तो मैं कोशिश करदा तुहानूं भी दसण की ठीक है जी। तो बेसिकली आप सब तो पहला टैली आपका सॉफ्टवेयर थोड़े फोन के भी जिदा लास्ट लैक्चर के भी थानू सर ने दसिया होगा कि आप मोबाइल के उत्ते भी जो अपनी टैली हैगी उसनू इंस्टॉल करके वरत सकते हैं तो वाउचर एंट्री जीडिया वह पा सकते हैं। तो बेसिक सब तो पहला सूँ पता होना चाहिए कि असी आपकी टैली के किदा कंपनी क्रिएट करनी है ठीक है जी। सो ऑन आफ्टर डैट किदा उस वाउचर एंट्री पानी है तो होप भी तुम्हें सारा कुछ थोड़ा पता होगा। दैन आफ्टर डैट जो अज का सांसैप्ट है बजट मैनेजमेंट
ठीक है तो ये मेरे को लाइसेंस वर्जन नहीं हैगी, मैं एजुकेशन मोड के आपका यह टैली ओपन कर लिया है। ठीक है जी, तो मेरी जी कंपनी ऑलरेडी प्रिपेयर हैगी है अर्श इंडस्ट्री के नाते, मैं कोई भी तुम ए बी सी डी आपकी कंपनी आपके नाम पर वो बना लेनी हैगी है, पर कितना बनानी है तो सारे पता ही होगा। ठीक है, दैन आफ्टर दैट अकाउंटिंग इनफो के सारे जो बजट है तो सनैरी दो ऑप्शन आ रहे हैं ना, इन्हों अनेबल करना पैना। तो अनेबल असी कि करना, बजट ऑप्शन तो सनैरी ऑप्शन इन्हों असी कि अनेबल करना, तो असी एफ अलैवन क्लिक करा। ठीक है जी, एफ अलैवन क्लिक करके उस दे विच सानू तुसी देख सकते हो कि अकाउंटिंग फीचर दे विच बहुत सारे जिहड़े आ सैगमेंट तुहानू दिखाई दे रहे होणगे। ठीक है जी, तो मैं कोशिश करना थोड़ा जिहा स्लोली इसनू एक्सप्लेन करन दी, मैनू लगदा मैं थोड़ा जिहा फास्ट बोल रहा हैगा। तो राइट एंड साइड ते जिहड़ा सैकेंड सैगमेंट बनिया होया तुसी देख सकते हो बजट एंड सिनेरियो मैनेजमेंट, तो मैं इन्हां दोनों नू यस कीता होया एफ अलैवन प्रेस करके। ठीक है जी, अकाउंटिंग फीचर ते ए वाली जिहड़ी विंडो हैगी आ इह ओपन हो जाणी आ। तो इत्थे आ के तुसी की करना, मेनटेन बजट एंड कंट्रोल इनू मैं यस किया हुआ जी, ये नो होगा, बेसिकली ये नो होगा। अगर तुम बजट या सनैरियो प्रिपेयर करना चाहते हो तो इतने आके यस से क्लिक कर देना। ठीक है, दैन हैगा जी जनरल एंड ऑप्शनल वाउचर, ये हैगा जी सनैरियो का पार्ट, अगर तुम सनैरियो भी प्रिपेयर करना तो इनू भी यस कर देना। ठीक है, तो मेरे ऑलरेडी जे यस है। ठीक है, तो मैं इन्हों की करूँगा अपना सेव यस कराऊंगा, जो तुम कंट्रोल ए नप सकते हो। ठीक है, कंट्रोल ए की असं अप्लाई कर दें भी जो असी चीज़ा कराइए, जी टैब टैब की हैल्प के अगे होंगे हुए उन्होंने यस करवा। ठीक है, तो हम मेरा मेन काम की है भी बजट प्रिपेयर करना। ठीक है, तो मैं अकाउंटिंग फीचर से क्लिक किया, अकाउंटिंग इनफो, दैन डाउन एंड साइड से देख सकते हो बजट ऑप्शन आ रहा, तो मैं जस्ट बजट ऑप्शन से जरा क्लिक कर देना। ठीक है, हाँ क्रिएट क्रिएट ऑप्शन थानू दिखाई दे रहा, मैं जस्ट क्रिएट पर क्लिक कर देना। तो हम मैं बजट कहदा बनाना है। ठीक है, भी किस चीज़ का मैं जो बजट आपकी ऑर्गेनाइजेशन के बना, तो मैं एग्जाम्पल मन के चलता कि मैं पेट्रोल एक्सपेंसिज से जोड़ा आपका बजट हैगा वह बना पेट्रोल एक्सपेंसिज, तो मैं वह नेम दे दूंगा जी पेट्रोल एक्सपेंसिज। ठीक है जी, तो यह है जी मेरे बजट का नाम जो मैं प्रिपेयर कर रहा, तो इसमें प्राइमरी की एंट्री रहन देना। दैन पूछ रहा है भी साडा कितों लैके कितों तक जो पीरियड ऑफ बजट। ठीक है, तो सपोज दैट जो हम एक्टिव साडा फाइनैशियल ईयर चल रहा, तो मैं वह जरा वा बजट प्रिपेयर करने की कोशिश करना 1/4/20 तो लैके 31/3/21 तक जोड़ा वा मेरा बजट प्रिपेयर होना चाहिए। ठीक है, दैन आफ्टर दैट लैजर, हम लैजर का मतलब भी जो लैजर प्रिपेयर किए, सपोज दैट मैं अगर कोई भी एंट्री करनी है तो यू थ्रू लेजर ही कराऊंगा। ठीक है, जिमें सेल अकाउंट हो गया, जो पेट्रोल लेजर भी बना पैना, इनडायरेक्ट एड कर देना, तो इनू मैं जो लैजर है यस कर दूंगा। ठीक है, वाई की हैल्प यस करता, दैन वो वाला लेजर सिलेक्ट करो जिदा तुम बजट बना चाहते हो। तो मैं पेट्रोल का बना, तो मेरा तुम देख सकते हो भी पेट्रोल एक्सपेंसिज का जोड़ा बजट सॉरी लेजर हैगा वो सब तो पहला ही तैयार हैगा। ठीक है, तो अगर तुहाडा लेजर हजे तक नहीं प्रिपेयर तो तुसी कंट्रोल सी करके आपका जिहड़ा वो तैयार कर सकते हो। ठीक है, कंट्रोल सी तो नवा जिहड़ा लेजर थोड़ा बन जाऊगा। ठीक है जी, हुण मैं इत्थे सिलेक्ट करूंगा जी पी पी प्रेस करके पेट्रोल एक्सपेंसिज मैं सिलेक्ट कर लिया, तो इहदे विच ऑन क्लोजिंग बैलेंस ही मैं सिलेक्ट करूंगा भी अप टू क्लोजिंग बैलेंस जिहड़ा मेरा बजट आ वो प्रिपेयर होवे। ठीक है जी, दैन फिर हुण इहदा अमाउंट देना वा, अमाउंट का मतलब भी तुम आपकी ऑर्गेनाइजेशन के बजट की रखे। सपोज दैट मैं पेट्रोल एक्सपेंसिज 10,000 रख लेना भी इस साल के मैं 10,000 ये आप मन के चल रहे हैं। ठीक है, दिस इज जस्ट प्रोडिक्शन कि जोड़ा ये मेरा बजट हैगा 10,000, तो मैं इतने 10,000 की वैल्यू एंटर करती हैगी है। दैन आफ्टर दैट इसको यस कर देना, यस मतलब वाई यस हो गया, तो हम अभी जाके चेक करते हैं कि जोड़ा साडा बजट हैगा वह तुम देख सकते हो अल्टर दे विच जाके पेट्रोल एक्सपेंसिव वह साडा जो बजट आ प्रिपेयर हो गया। तो अगर तुम चेक करना चाहते हो 1 अप्रैल तो लैके 31 मार्च तक। ठीक है जी, तो लेजर जो आप सिलेक्ट किया होगा, हम साडा मुख है काम कि असी एंट्री पा के देखनी है।
ਐਂਟਰੀ ਦਾ ਮਤਲਬ ਵੀ ਲੇਜ਼ਰ ਦੀ ਹੈਲਪ ਦੇ ਨਾਲ ਵੀ ਅਸੀਂ ਕੋਈ ਐਕਸਪੈਂਸਿਸ ਜਿਹੜੇ ਆ ਉਹ ਸ਼ੋਅ ਕਰ ਦਿੰਦੇ ਹਾਂ ਤਾਂ ਐਂਟਰੀ ਆਪਾਂ ਪਾ ਕੇ ਦੇਖਦੇ ਹਾਂ ਜੀ ਅਕਾਊਂਟਿੰਗ ਵਾਊਚਰ 'ਤੇ ਜਾ ਕੇ ਜਿੱਦਾਂ ਕਿ ਤੁਹਾਨੂੰ ਪਤਾ ਹੀ ਹੋਣਾ ਚਾਹੀਦਾ ਇਹਦੇ ਬਾਰੇ ਅਕਾਊਂਟਿੰਗ ਵਾਊਚਰ 'ਤੇ ਜਾ ਕੇ ਤਾਂ ਮੈਂ ਹੁਣ ਕੀ ਕਰਨਾ ਰਾਈਟ ਹੈਂਡ ਸਾਈਡ 'ਤੇ ਬਹੁਤ ਸਾਰੀਆਂ ਜਿਹੜੀਆਂ ਉਹ ਦਿਖਾਈ ਦੇ ਰਹੀਆਂ ਰਿਸਿਪਟ ਜਰਨਲ ਸੇਲਸ ਦੈਨ ਮੈਮੋਜ਼ ਠੀਕ ਆ ਬਟ ਅਸੀਂ ਜਿਹੜੀ ਆ ਹੁਣ ਚੀਜ਼ ਆ ਇਹ ਪੇ ਕਰ ਰਹੇ ਹਾਂ ਤਾਂ ਪੇਮੈਂਟ ਦੇ ਵਿੱਚ ਹੀ ਅਸੀਂ ਇਹਦੀ ਐਂਟਰੀ ਕਰਨੀ ਹੈਗੀ ਆ ਪੇਮੈਂਟ ਦੇ ਵਿੱਚ ਐਂਟਰੀ ਕੈਸ਼ ਕੈਸ਼ ਲੈਜਰ ਚੂਜ਼ ਕਰਕੇ ਠੀਕ ਹੈ ਦੈਨ ਕਿਹੜਾ ਜਿਹੜਾ ਲੇਜਰ ਆ ਜਿਹਦੀ ਤੁਸੀਂ ਐਂਟਰੀ ਪਾਉਣੀ ਆ ਕਿਹਦੀ ਪੇਮੈਂਟ ਕਰਨੀ ਆ ਥਰੂ ਕੈਸ਼ ਕਰਨੀ ਆ ਤਾਂ ਮੈਂ ਪੈਟਰੋਲ ਐਕਸਪੈਂਸਿਸ ਜਿਹੜਾ ਉਹ ਚੂਜ਼ ਕਰ ਲਿਆ ਹੈਗਾ ਦੈਨ ਆਫਟਰ ਦੈਟ ਅਮਾਊਂਟ ਕਿੰਨਾ ਅਮਾਊਂਟ ਤੁਸੀਂ ਉਹਦੇ ਵਿੱਚ ਮੰਨ ਲਓ ਸਪੋਜ਼ ਦੈਟ 1 April 2020 ਨੂੰ ਮੈਂ ਕਿੰਨਾ ਜਿਹੜਾ ਅਮਾਊਂਟ ਪੇ ਕੀਤਾ ਤਾਂ ਸਪੋਜ਼ ਦੈਟ ਮੰਨ ਕੇ ਚੱਲੋ ਕਿ ਮੈਂ 1000 rupees ਦਾ ਜਿਹੜਾ ਆਪਣਾ ਉਹ ਪੇ ਕੀਤਾ ਮਤਲਬ ਖਰਚਾ ਕੀਤਾ ਪੈਟਰੋਲ 'ਤੇ 1000 rupees 1 April ਠੀਕ ਆ ਤਾਂ ਆਫਟਰ ਦੈਟ ਇਸ ਨੂੰ ਮੈਂ ਸੇਵ ਕਰ ਦੂੰਗਾ ਤਾਂ ਹੁਣ ਮੈਂ ਜਾ ਕੇ ਆਪਣੇ ਡਿਸਪਲੇ ਦੇ ਵਿੱਚ ਜਾ ਕੇ ਦੇਖਣਾ ਚਾਹੁੰਦਾ ਕਿ ਮੇਰਾ ਬੈਲੈਂਸ ਕੀ ਹੈਗਾ ਬਜਟ ਦੇ ਵਿੱਚ ਠੀਕ ਆ ਤਾਂ ਉਹ ਕਿੱਦਾਂ ਪਤਾ ਲੱਗੂਗਾ ਪ੍ਰੋਫਿਟ ਐਂਡ ਲੋਸ ਅਕਾਊਂਟ ਦੇ ਵਿੱਚ ਜਾ ਕੇ ਸਭ ਤੋਂ ਪਹਿਲਾਂ ਗੇਟਵੇ ਆਫ ਟੈਲੀ 'ਤੇ ਜਾ ਕੇ ਤਾਂ ਆਫਟਰ ਦੈਟ ਪ੍ਰੋਫਿਟ ਐਂਡ ਲੋਸ ਅਕਾਊਂਟ ਠੀਕ ਹੈ ਜੀ ਤਾਂ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਇੱਕ ਇਨਡਾਇਰੈਕਟ ਐਕਸਪੈਂਸਿਸ ਕਿਉਂਕਿ ਜਿਹੜਾ ਮੇਰਾ ਪੈਟਰੋਲ ਲੈਜਰ ਹੈਗਾ ਉਸ ਨੂੰ ਮੈਂ ਇਨਡਾਇਰੈਕਟ ਐਕਸਪੈਂਸਿਸ ਦੇ ਵਿੱਚ ਐਡ ਕੀਤਾ ਸੀਗਾ ਠੀਕ ਆ ਤਾਂ ਇਨਡਾਇਰੈਕਟ ਐਕਸਪੈਂਸਿਸ ਨੂੰ ਜਦੋਂ ਮੈਂ ਕਲਿੱਕ ਕਰਦਾ ਤਾਂ ਤੁਸੀਂ ਦੇਖ ਸਕਦੇ ਹੋ ਕਿ 1000 rupees ਜਿਹੜੇ ਆ ਉਹ ਮੈਂ ਪੇ ਕੀਤੇ ਆ ਫੋਰ ਦਾ ਪੈਟਰੋਲ ਐਕਸਪੈਂਸਿਸ ਠੀਕ ਆ ਫੋਰ ਦਾ ਪੈਟਰੋਲ ਐਕਸਪੈਂਸਿਸ ਤਾਂ ਹੁਣ ਜੇ ਅਗਰ ਮੈਂ ਬਜਟ ਚੈੱਕ ਕਰਨਾ ਹੋਵੇ ਵੀ ਮੇਰਾ ਬਜਟ ਕੀ ਸੀਗਾ ਤਾਂ ਮੇਰਾ ਬਜਟ ਕੀ ਸੀਗਾ ਬਜਟ ਦੇ ਅਕੋਰਡਿੰਗਲੀ ਮੈਂ ਕਿੰਨੀ ਮਨੀ ਜਿਹੜੀ ਆ ਉਹ ਆਪਣੀ ਖਤਮ ਕਰ ਚੁੱਕਾ ਤਾਂ ਮੈਂ ਰਾਈਟ ਹੈਂਡ ਸਾਈਡ 'ਤੇ ਬਜਟ ਦੀ ਆਪਸ਼ਨ ਆ ਰਹੀ ਸੀ ਤਾਂ ਉਹਦੇ 'ਤੇ ਜਦੋਂ ਮੈਂ ਕਲਿੱਕ ਕੀਤਾ ਤਾਂ ਪੈਟਰੋਲ ਐਕਸਪੈਂਸਿਸ ਠੀਕ ਹੈ ਜੀ ਤਾਂ ਇਸ ਪੈਟਰੋਲ ਐਕਸਪੈਂਸਿਸ 'ਤੇ ਕਲਿੱਕ ਕਰਕੇ ਮੈਂ ਆਪਣਾ ਜਿਹੜਾ ਬਜਟ ਆ ਉਹ ਚੈੱਕ ਕਰ ਸਕਦਾ ਤਾਂ ਮੈਂ ਤੁਸੀਂ ਤੁਹਾਨੂੰ ਸ਼ਾਇਦ ਯਾਦ ਕਰੋ ਹੈਲੋ ਐਕਸਕਿਊਜ਼ ਮੀ ਸਰ ਅਰਸ਼ਦੀਪ ਜੀ ਹਾਂਜੀ ਇਸ ਤਰ੍ਹਾਂ ਸੀਗਾ ਸਕਰੀਨ ਸਿਨੈਰੀਓ ਮੈਨੇਜਮੈਂਟ ਤੇ ਰੁਕੀ ਹੋਈ ਹੈ ਜੋ ਤੁਸੀਂ ਉਹ ਕਰਾ ਰਹੇ ਹੋ ਇਹ ਵੀ ਦਿਖਣਾ ਹੈਗਾ ਦਿਖ ਸਕਦਾ ਹੈ ਜੋ ਤੁਸੀਂ ਕਰ ਰਹੇ ਹੋ ਨਾਲ ਨਾਲ ਇਹ ਐਂਟਰੀ ਜਿਹੜੀ ਆਪਰੇਟਿੰਗ ਹੁਣ ਦੇਖੋ ਜੀ ਨਹੀਂ ਉਹੀ ਸਲਾਈਡ ਹਾਂ ਸਲਾਈਡ ਆ ਰਹੀ ਹੁਣ ਅੱਗੇ ਆਈ ਸੀ ਇਹ ਆ ਰਹੀ ਹੈ ਸਿਨੈਰੀਓ ਮੈਨੇਜਮੈਂਟ ਜਿਹੜਾ ਡਾਇਗ੍ਰਾਮ ਸੀਗਾ ਨਾ ਉੱਥੇ ਰੁਕੀ ਹੋਈ ਹੈ ਸਕਰੀਨ ਸ਼ੇਅਰਿੰਗ ਸਰ ਖੜ ਗਈ ਫਿਰ ਦੇਖੋ ਜੋ ਤੁਸੀਂ ਇਹ ਕਰਾ ਰਹੇ ਸੀ ਮੇਰੇ ਹਿਸਾਬ ਨਾਲ ਬਈ ਇਹ ਸ਼ੋਅ ਹੋਣਾ ਸੀ ਸਾਰਾ ਕੁਝ ਸ਼ੋਅ ਹੋਣਾ ਸੀ ਹਾਂ ਹੁਣ ਆ ਰਿਹਾ ਜੀ ਇਹ ਮੈਂ ਤਾਂ ਛੇੜਿਆ ਹੀ ਸੀਗਾ ਜੀ ਉਹ ਪਤਾ ਨਹੀਂ ਕੀ ਆ ਉੱਥੇ ਰੁਕ ਗਈ ਸੀਗੀ ਮੈਂ ਤਾਂ ਕਿ ਬਈ ਸ਼ਾਇਦ ਨਹੀਂ ਆਣਾ ਸੀ ਮੈਂ ਕਿਹਾ ਫਿਰ ਇੱਕ ਦੋ ਨਹੀਂ ਨਹੀਂ ਮੈਂ ਇਹ ਤਾਂ ਸਾਰਾ ਪ੍ਰੋਸੈਸ ਰਹਿ ਗਿਆ ਦੁਬਾਰਾ ਤੋਂ ਕਰਨਾ ਪੈਣਾ ਚਲੋ ਕਰਦਾ ਜੀ ਚੈਟ ਉਹ ਚੈਟ ਤੋਂ ਪਤਾ ਲੱਗਿਆ ਮੈਨੂੰ ਵੀ ਇਹ ਪ੍ਰੋਬਲਮ ਆ ਰਹੀ ਹੈ ਮੈਂ ਸ਼ੇਅਰਿੰਗ ਛੇੜੀ ਨਹੀਂ ਸਰ ਸ਼ੇਅਰਿੰਗ ਤਾਂ ਮੈਂ ਛੇੜੀ ਨਹੀਂ ਜੀ ਪਤਾ ਨਹੀਂ ਕੀ ਹੋਇਆ ਤੇ ਜਦੋਂ ਤੁਸੀਂ ਬੈਕ ਕੀਤਾ ਨਾ ਇੱਥੇ ਹੁਣ ਚੱਲ ਰਿਹਾ ਨਾ ਜੀ ਸਹੀ ਹੈਲੋ ਹਾਂ ਹੁਣ ਚੱਲ ਰਿਹਾ ਜੀ ਹਾਂ ਤਾਂ ਰਾਜੇ ਮੈਂ ਦੁਬਾਰਾ ਸੌਰੀ ਹਾਂਜੀ ਹਾਂਜੀ ਚੱਲ ਰਿਹਾ ਜੀ ਹਾਂਜੀ ਸ਼ੇਅਰਿੰਗ ਦੀ ਪ੍ਰੋਬਲਮ ਹੋਣ ਕਰਕੇ ਮੈਨੂੰ ਪਤਾ ਨਹੀਂ ਲੱਗਿਆ ਤਾਂ ਕੋਈ ਟੈਕਨੀਕਲ ਇਸ਼ੂ ਆ ਗਿਆ ਸੀਗਾ ਤੇ ਦੁਬਾਰਾ ਤੋਂ ਆਪਾਂ ਉਹ ਜਿਹੜਾ ਬਜਟ ਕਿੱਦਾਂ ਪ੍ਰਪੇਅਰ ਕਰਨਾ ਉਹਦੇ ਬਾਰੇ ਦੇ ਵਿੱਚ ਦੁਬਾਰਾ ਤੋਂ ਡਿਸਕਸ ਕਰਦੇ ਹਾਂ ਸ਼ੁਰੂ ਤੋਂ ਲੈ ਕੇ ਠੀਕ ਹੈ ਜੀ ਤਾਂ ਮੈਂ ਜਿੱਦਾਂ ਕਿ ਦੱਸਿਆ ਹੁਣ ਮੈਂ ਆਪਦੀ ਕੰਪਨੀ ਕ੍ਰੀਏਟ ਕੀਤੀ ਹੋਈ ਆ ਹੁਣ ਮੈਂ ਟੈਲੀ ਦੇ ਵਿੱਚ ਹੈਗਾ ਤਾਂ ਅਰਸ਼ ਇੰਡਸਟਰੀ ਨਾਮ ਦੀ ਜਿਹੜੀ ਮੇਰੀ ਕੰਪਨੀ ਹੈਗੀ ਆ ਉਹ ਪਹਿਲਾਂ ਤੋਂ ਹੀ ਆਲਰੇਡੀ ਕ੍ਰੀਏਟਡ ਆ ਇਹਦੇ ਵਿੱਚ ਹੁਣ ਮੈਂ ਬਜਟ ਪ੍ਰਪੇਅਰ ਕਰਨਾ ਠੀਕ ਆ ਤਾਂ F11 ਮੈਂ ਤੁਹਾਨੂੰ ਦੱਸਿਆ ਸੀਗਾ F11 ਪ੍ਰੈਸ ਕਰਕੇ ਮੈਂ ਜਿਹੜਾ ਇੱਕ ਤੁਹਾਨੂੰ ਵਿੰਡੋ ਦਿਖਾਈ ਦੇ ਰਹੀ ਹੋਊਗੀ ਇਹਦੇ ਵਿੱਚ ਬਹੁਤ ਸਾਰੇ ਜਿਹੜੇ ਸੈਗਮੈਂਟ ਹੈਗੇ ਆ ਉਹ ਸ਼ੋਅ ਹੋ ਰਹੇ ਆ ਠੀਕ ਆ ਤਾਂ ਮੈਂ ਬਜਟ ਤੇ ਸਿਨੈਰੀਓ ਨੂੰ ਅਨੇਬਲ ਕਰਨਾ ਆਪਦੀ ਟੈਲੀ ਦੇ ਵਿੱਚ ਇਹ ਜਿਹੜਾ ਸਿਨੈਰੀਓ ਤੇ ਬਜਟ ਵਾਲਾ ਆਪਸ਼ਨ ਹੈਗਾ ਇਹਨੂੰ ਮੈਂ ਅਨੇਬਲ ਕਰਨਾ ਤਾਂ ਸੈਕਿੰਡ ਰੋ ਦੇ ਵਿੱਚ ਕਾਲਮ ਦੇ ਵਿੱਚ ਸੈਕਿੰਡ ਨੰਬਰ ਜਿਹੜਾ ਸੈਗਮੈਂਟ ਹੈਗਾ ਮੇਰੇ ਕਰਸਰ ਦੇ ਅਕੋਰਡਿੰਗਲੀ ਤੁਹਾਨੂੰ ਦਿਖਾਈ ਦੇ ਰਿਹਾ ਮੈਂਟੇਨ ਬਜਟ ਐਂਡ ਕੰਟਰੋਲ ਜਿਹਨੂੰ ਮੈਂ ਯੈਸ ਕੀਤਾ ਹੋਇਆ ਦੈਨ ਜਰਨਲ ਐਂਡ ਆਪਸ਼ਨਲ ਵਾਊਚਰ ਠੀਕ ਹੈ ਰਿਵਰਸਿੰਗ ਜਰਨਲ ਐਂਡ ਆਪਸ਼ਨਲ ਵਾਊਚਰ ਇਹਨਾਂ ਦੋਨਾਂ ਨੂੰ ਮੈਂ ਯੈਸ ਕੀਤਾ ਕਿਉਂਕਿ ਹੁਣ ਮੈਂ ਸਿਨੈਰੀਓ ਵੀ ਤਿਆਰ ਕਰਨਾ ਤੇ ਬਜਟ ਵੀ ਤਿਆਰ ਕਰਨਾ ਤਾਂ ਸ਼ਾਰਟਕੱਟ ਕੀ ਸੀ ਹੈਗੀ F11 ਠੀਕ ਹੈ ਜੀ ਤਾਂ ਮੈਂ ਆਪਦਾ ਜਿਹੜਾ ਬਜਟ ਆ ਉਹ ਕਿੱਦਾਂ ਪ੍ਰਪੇਅਰ ਕਰਨਾ ਉਹਦੇ ਬਾਰੇ 'ਚ ਵੀ ਹੁਣ ਮੈਂ ਤੁਹਾਨੂੰ ਦੱਸ ਦਿੰਦਾ ਦੁਬਾਰਾ ਤੋਂ ਠੀਕ ਹੈ ਜੀ ਤਾਂ ਅਕਾਊਂਟਿੰਗ ਇਨਫੋਰਮੇਸ਼ਨ 'ਤੇ ਕਲਿੱਕ ਕਰਕੇ
ਤਾਂ ਥੱਲੇ ਜਿਹੜੇ ਦੋ ਆਪਸ਼ਨ ਬਜਟ ਤੇ ਸਿਨੈਰੀਓ ਇਹ ਤੁਹਾਡੇ ਪਹਿਲਾਂ ਜਿਹੜੇ ਅਨੇਬਲ ਨਹੀਂ ਹੋਣਗੇ ਤੁਹਾਨੂੰ ਇਹ ਅਨੇਬਲ ਕਰਨੇ ਪੈਣੇ ਆ ਜਿੱਦਾਂ ਕਿ ਤੁਹਾਨੂੰ ਦੱਸਿਆ F11 ਦੀ ਹੈਲਪ ਨਾਲ ਉਹ ਵਿੰਡੋ ਖੋਲੂਗੀ ਵਿੰਡੋ ਤੇ ਜਾ ਕੇ ਜਿਹੜੇ ਉਹ ਦੋ ਆਪਸ਼ਨ ਆ ਉਹਨਾਂ ਨੂੰ ਯੈਸ ਕਰ ਦੇਣਾ ਤਾਂ ਇਹ ਜਿਹੜੇ ਦੋਨੇ ਆਪਸ਼ਨ ਹੈਗੇ ਆ ਇਹ ਤੁਹਾਨੂੰ ਦਿਖਾਈ ਦੇਣ ਲੱਗ ਜਾਣਗੇ ਤਾਂ ਬਜਟ ਤੇ ਮੈਂ ਕਲਿੱਕ ਕਰਕੇ 10 ਆਪਸ਼ਨ ਆ ਰਿਹਾ ਜੀ ਕ੍ਰੀਏਟ ਅਲਟਰ ਤੇ ਕੁਇਟ ਠੀਕ ਆ ਕ੍ਰੀਏਟ ਦਾ ਮਤਲਬ ਵੀ ਨਵਾਂ ਬਜਟ ਪ੍ਰਪੇਅਰ ਕਰਨਾ ਅਲਟਰ ਦਾ ਮਤਲਬ ਜੇ ਪੁਰਾਣਾ ਕੋਈ ਤੁਹਾਡਾ ਬਜਟ ਪ੍ਰਪੇਅਰ ਹੈਗਾ ਉਹਦੇ ਵਿੱਚ ਅਗਰ ਤੁਸੀਂ ਕੋਈ ਐਡੀਟਿੰਗ ਕਰਨਾ ਚਾਹੁੰਦੇ ਹੋ ਤਾਂ ਅਲਟਰ ਦੀ ਹੈਲਪ ਦੇ ਨਾਲ ਕਰ ਸਕਦੇ ਹੋ ਤਾਂ ਜਿੱਦਾਂ ਕਿ ਮੈਂ ਪਹਿਲਾਂ ਹੀ ਆਪਣਾ ਬਜਟ ਪ੍ਰਪੇਅਰ ਕਰ ਚੁੱਕਾ ਪੈਟਰੋਲ ਐਕਸਪੈਂਸ ਦਾ ਠੀਕ ਆ ਅਗਰ ਮੈਂ ਕ੍ਰੀਏਟ ਤੇ ਕਲਿੱਕ ਕਰੂੰਗਾ ਤਾਂ ਵਿੰਡੋ ਉਹੀ ਖੁੱਲੂਗੀ ਅਗਰ ਮੈਂ ਅਲਟਰ ਤੇ ਕਲਿੱਕ ਕਰੂੰਗਾ ਤਾਂ ਐਡਿਟਿੰਗ ਆਹ ਵਾਲੀ ਇਹ ਤੇ ਕਲਿੱਕ ਕੀਤਾ ਤਾਂ ਐਡਿਟਿੰਗ ਵਾਲੀ ਵਿੰਡੋ ਆਹ ਵਾਲੀ ਵਿੰਡੋ ਜਿਹੜੀ ਹੈਗੀ ਆ ਇਹ ਕ੍ਰੀਏਟ ਦੇ ਦੌਰਾਨ ਖੁੱਲੂਗੀ ਠੀਕ ਆ ਤਾਂ ਮੈਂ ਕੀ ਕੀਤਾ ਹੋਇਆ ਪੈਟਰੋਲ ਐਕਸਪੈਂਸਿਸ ਦੈਟ ਇਜ਼ ਦਾ ਨੇਮ ਆਫ ਬਜਟ ਇਹ ਮੇਰਾ ਬਜਟ ਰੱਖ ਲਿਆ ਵੀ ਮੈਂ ਪੈਟਰੋਲ ਦਾ ਬਜਟ ਰੱਖਣਾ ਫਾਈਨੈਂਸ਼ੀਅਲ ਈਅਰ 2021 ਦਾ ਠੀਕ ਆ ਦੈਨ ਆਫਟਰ ਦੈਟ ਉਹਦੀ ਮੈਂ ਪੀਰੀਅਡ ਦੇਤਾ 1 ਅਪ੍ਰੈਲ 2020 ਤੋਂ 31 ਮਾਰਚ 2021 ਤੱਕ ਠੀਕ ਆ ਦੈਨ ਲੇਜਰ ਨੂੰ ਮੈਂ ਐਡਜਸਟ ਕਰਨਾ ਕਿਉਂਕਿ ਜਿਹੜੀ ਵੀ ਆਪਾਂ ਐਂਟਰੀ ਪਾਉਂਦੇ ਹਾਂ ਵਾਊਚਰ ਦੀ ਉਹ ਲੇਜਰ ਦੀ ਹੈਲਪ ਦੇ ਨਾਲ ਹੀ ਪਾਉਣੇ ਆ ਤਾਂ ਇੱਥੇ ਮੈਂ ਵਾਈ ਕਰ ਦੇਣਾ ਅਗਰ ਜਦੋਂ ਮੈਂ ਉਹਨੂੰ ਐਡਜਸਟ ਕਰ ਦੂੰਗਾ ਤਾਂ ਫਿਰ ਉਹ ਅਕਾਊਂਟ ਨੇਮ ਪੁੱਛੂਗਾ ਅਕਾਊਂਟ ਨੇਮ ਦਾ ਮਤਲਬ ਵੀ ਤੁਹਾਡੇ ਲੇਜਰ ਪ੍ਰਪੇਅਰ ਹੋਣੇ ਚਾਹੀਦੇ ਆ ਸੋ ਮੈਂ ਉਹਦੇ ਵਿੱਚ ਪਹਿਲਾਂ ਤੋਂ ਹੀ ਪੈਟਰੋਲ ਐਕਸਪੈਂਸਿਸ ਦਾ ਇੱਕ ਲੇਜਰ ਜਿਹੜਾ ਵਾ ਉਹ ਪ੍ਰਪੇਅਰ ਕਰਕੇ ਰੱਖ ਚੁੱਕਾ ਤਾਂ ਮੈਂ ਹੁਣ ਤੁਹਾਨੂੰ ਇੱਕ ਸ਼ਾਰਟਕਟ ਦੱਸਦਾ ਅਲਟ ਹੁਣ ਜੇ ਅਗਰ ਤੁਹਾਡਾ ਪੈਟਰੋਲ ਐਕਸਪੈਂਸ ਦਾ ਮਤਲਬ ਵੀ ਲੇਜਰ ਪ੍ਰਪੇਅਰ ਨਹੀਂ ਹੈਗਾ ਤਾਂ ਤੁਸੀਂ ਔਨ ਦਾ ਸਪੋਰਟ ਜੇ ਇਹਦਾ ਲੇਜਰ ਪ੍ਰਪੇਅਰ ਕਰਨਾ ਤਾਂ ਅਲਟ ਪਲੱਸ ਸੀ ਠੀਕ ਆ ਜਦੋਂ ਮੈਂ ਅਲਟ ਪਲੱਸ ਸੀ ਤੇ ਕਲਿੱਕ ਕੀਤਾ ਤਾਂ ਤੁਸੀਂ ਦੇਖ ਸਕਦੇ ਹੋ ਲੇਜਰ ਕ੍ਰੀਏਸ਼ਨ ਲੇਜਰ ਜਿਹਦੇ ਥਰੂ ਆਪਾਂ ਐਂਟਰੀ ਪਾਉਣੀ ਹੈ ਠੀਕ ਆ ਤਾਂ ਇੱਥੇ ਤੁਸੀਂ ਆਪਦਾ ਲੇਜਰ ਬਣਾ ਸਕਦੇ ਹੋ ਕੋਈ ਵੀ ਸੰਡਰੀ ਡੈਬਿਟ ਦਾ ਕੈਸ਼ ਅਕਾਊਂਟ ਦਾ ਜਿਹਦਾ ਵੀ ਤੁਸੀਂ ਬਣਾਉਣਾ ਚਾਹੁੰਦੇ ਹੋ ਤਾਂ ਮੇਰਾ ਆਲਰੇਡੀ ਜਿਹੜਾ ਉਹ ਬਣਿਆ ਹੋਇਆ ਪੈਟਰੋਲ ਐਕਸਪੈਂਸਿਸ ਦਾ ਤਾਂ ਦੈਨ ਉਹਦਾ ਆਪਸ਼ਨ ਆ ਗਿਆ ਜੀ ਟਾਈਪ ਆਫ ਬਜਟ ਜਿਹੜਾ ਬਜਟ ਆ ਉਹ ਕਿਹੜੀ ਟਾਈਪ ਦਾ ਨੈਟ ਟ੍ਰਾਂਜੈਕਸ਼ਨ ਹੋਵੇ ਤਾਂ ਆਪਾਂ ਕਲੋਜ਼ ਦੈਨ ਆਪਣਾ ਅਮਾਊਂਟ ਦੇਣਾ ਜੀ ਮੈਂ ਅਮਾਊਂਟ ਦੇਣਾ ਸਪੋਜ਼ ਦੈਟ ਮੈਂ ਮੰਨ ਕੇ ਚੱਲਿਆ ਆਈ ਜਸਟ ਇੱਕ ਆਹ ਸਾਲ ਦੇ ਵਿੱਚ ਵਿੱਚ ਮੈਂ 10,000 ਰੁਪਏ ਦਾ ਜਿਹੜਾ ਮੈਂ ਆਪਦਾ ਉਹ ਆਪਾਂ ਐਕਸਪੈਂਡ ਕਰਨਾ 10,000 ਦਾ ਜਿਹੜਾ ਪੈਟਰੋਲ ਬਣਾ ਲਿਆ ਦਿਸ ਇਜ਼ ਜਸਟ ਪ੍ਰੈਡਿਕਸ਼ਨ ਵੱਧ ਵੀ ਸਕਦਾ ਇੱਕ ਟੈਬ ਕਰਕੇ ਯੈਸ ਕਰ ਦੇਣਾ ਠੀਕ ਹੈ ਜਦੋਂ ਦੈਨ ਵਾਈ ਦੀ ਹੈਲਪ ਦੇ ਨਾਲ ਯੈਸ ਕਰ ਦੇਣਾ ਤਾਂ ਤੁਸੀਂ ਦੇਖ ਸਕਦੇ ਹੋ ਮੇਰਾ ਜਿਹੜਾ ਬਜਟ ਹੈਗਾ ਉਹ ਪ੍ਰਪੇਅਰ ਹੋ ਚੁੱਕਾ ਗੇਟਵੇ ਆਫ ਟੈਲੀ ਦੈਨ ਬਜਟ ਦੈਨ ਕ੍ਰੀਏਟ ਬਜਟ ਆਫਟਰ ਦੈਟ ਜੋ ਸਾਰਾ ਪ੍ਰੋਸੈਸ ਅਸੀਂ ਫੋਲੋ ਕੀਤਾ ਤਾਂ ਇਹ ਜਿਹੜਾ ਬਜਟ ਹੁਣ ਮੈਂ ਚੈੱਕ ਕਰਨਾ ਤਾਂ ਡੇਲੀ ਰੂਟੀਨ ਦੇ ਵਿੱਚ ਜਿਵੇਂ ਮੈਂ ਤੁਹਾਨੂੰ ਦੱਸ ਕੇ ਹਟਿਆ ਵੀ ਐਂਟਰੀਜ਼ ਪੈਂਦੀਆਂ ਠੀਕ ਆ ਤਾਂ ਐਂਟਰੀ ਕਿੱਦਾਂ ਪੈਣੀ ਆ 3 ਨੰਬਰ ਤੇ ਆਪਸ਼ਨ ਦਿਖਾਈ ਦੇ ਰਿਹਾ ਜੀ ਅਕਾਊਂਟਿੰਗ ਵਾਊਚਰ ਠੀਕ ਆ ਤਾਂ ਅਕਾਊਂਟਿੰਗ ਵਾਊਚਰ ਦੇ ਵਿੱਚ ਮੈਂ ਆਪਦੀ ਐਂਟਰੀ ਪਾ ਦੇਣੀ ਆ ਕਿ ਮੈਂ ਅੱਜ ਇੰਨੇ ਦਾ ਪੈਟਰੋਲ ਐਕਸਪੈਂਡ ਕਰਤਾ ਜਾਂ ਦੂਸਰੇ ਦਿਨ ਨੂੰ ਆਹ ਵਾਲਾ ਪੈਟਰੋਲ ਜਿਹੜਾ ਐਕਸਪੈਂਡ ਕਰਤਾ ਤਾਂ ਅਕਾਊਂਟਿੰਗ ਵਾਊਚਰ ਤੇ ਕਲਿੱਕ ਕਰਕੇ ਇੱਥੇ ਮੈਂ ਅਕਾਊਂਟ ਦੀ ਟਾਈਪ ਦੇ ਦੇਣੀ ਆ ਠੀਕ ਆ ਤਾਂ ਇੱਥੇ ਸਪੋਜ਼ ਰੈਟ ਮੈਂ ਕੈਸ਼ ਅਕਾਊਂਟ ਕਿਉਂਕਿ ਕੈਸ਼ ਮੈਂ ਕੈਸ਼ ਪੇ ਕੀਤਾ ਨਾ ਪੇਮੈਂਟ ਵਾਲਾ ਪੋਰਸ਼ਨ ਉੱਪਰ ਦੇਖ ਤੁਸੀਂ ਦੇਖ ਸਕਦੇ ਹੋ ਪੇਮੈਂਟ ਆਪਸ਼ਨ ਮੈਂ ਜਿਹੜਾ ਅਨੇਬਲ ਕੀਤਾ ਹੋਇਆ ਰਾਈਟ ਹੈਂਡ ਸਾਈਡ ਤੇ ਬਹੁਤ ਸਾਰੇ ਜਿਹੜੇ ਆਪਸ਼ਨ ਦਿਖਾਈ ਦੇ ਰਿਹਾ ਅਗਰ ਤੁਸੀਂ ਕੋਈ ਸੇਲ ਦੀ ਐਂਟਰੀ ਪਾਉਣੀ ਤਾਂ ਸੇਲ ਤੇ ਕਲਿੱਕ ਕਰਨਾ ਅਗਰ ਤੁਸੀਂ ਕੋਈ ਪਰਚੇਜ਼ ਕਰਨੀ ਹੈ ਤਾਂ ਪਰਚੇਜ਼ ਤੇ ਕਲਿੱਕ ਕਰਨਾ ਠੀਕ ਹੈ ਅਗਰ ਕੋਈ ਬੈਂਕ ਰਿਲੇਟਡ ਐਂਟਰੀ ਪਾਉਣੀ ਤਾਂ ਕਾਊਂਟਰਾਂ ਤੇ ਕਲਿੱਕ ਕਰਨਾ ਬਟ ਹੁਣ ਮੈਂ ਪੇਮੈਂਟ ਕਰ ਰਿਹਾ ਕੈਸ਼ ਕਿਹਦੇ ਥਰੂ ਕਰ ਰਿਹਾ ਕੈਸ਼ ਦੇ ਥਰੂ ਠੀਕ ਆ ਤਾਂ ਹੁਣ ਮੈਂ ਉਹ ਵਾਲਾ ਅਕਾਊਂਟ ਚੂਜ਼ ਕਰਨਾ ਜਿਹਦੇ ਥਰੂ ਮੈਂ ਜਿਹੜਾ ਲੇਜਰ ਪ੍ਰਪੇਅਰ ਕੀਤਾ ਸੀ ਤਾਂ ਤੁਹਾਨੂੰ ਮੈਂ ਦੱਸਿਆ ਵੀ ਬਜਟ ਦੇ ਵਿੱਚ ਮੈਂ ਇੱਕ ਪੈਟਰੋਲ ਐਕਸਪੈਂਸਿਸ ਨਾਲ ਦਾ ਲੇਜਰ ਸਿਲੈਕਟ ਕੀਤਾ ਸੀਗਾ ਅਲਟ ਸੀ ਦੀ ਹੈਲਪ ਦੇ ਨਾਲ ਤੁਸੀਂ ਉੱਥੇ ਜਾ ਕੇ ਆਪਦਾ ਲੇਜਰ ਔਨ ਦਾ ਸਪੋਰਟ ਵੀ ਬਣਾ ਸਕਦੇ ਹੋ ਬਟ ਸਿੱਧਾ ਵੀ ਤੁਸੀਂ ਪਹਿਲਾਂ ਵੀ ਪ੍ਰਪੇਅਰ ਕਰਕੇ ਰੱਖ ਸਕਦੇ ਹੋ ਤਾਂ ਇੱਥੇ ਮੈਂ ਪੀ ਕਲਿੱਕ ਕੀਤਾ ਤਾਂ ਪੈਟਰੋਲ ਐਕਸਪੈਂਸਿਸ ਆ ਗਿਆ ਜੀ ਠੀਕ ਆ ਤਾਂ ਪੈਟਰੋਲ ਐਕਸਪੈਂਸਿਸ ਮੈਂ ਕਲਿੱਕ ਕਰ ਲਿਆ ਜੀ ਤਾਂ ਅੱਜ 1 ਅਪ੍ਰੈਲ ਨੂੰ ਮੈਂ ਫਿਰ ਇੱਕ ਐਂਟਰੀ ਪਾ ਰਿਹਾ ਵੀ ਸਪੋਜ਼ ਰੈਟ 500 ਦਾ ਮੈਂ ਫਿਰ ਪਹਿਲਾਂ 1000 ਦੀ ਐਂਟਰੀ ਪਾ ਚੁੱਕਾ ਤਾਂ 500 ਦੀ ਮੈਂ ਇੱਕ ਹੋਰ ਐਂਟਰੀ ਪਾਤੀ ਵੀ ਜਿਹੜਾ ਮੇਰਾ ਆਪਣਾ ਪੈਟਰੋਲ ਹੈਗਾ 500 ਦਾ ਮੈਂ ਹੋਰ ਐਕਸਪੈਂਡ ਕਰਤਾ ਠੀਕ ਆ ਤਾਂ ਇਹ ਵਾਲੀ ਐਂਟਰੀ ਨੂੰ ਮੈਂ ਜਿਹੜਾ ਯੈਸ ਕਰਾ ਦਿੰਦਾ ਤਾਂ ਹੁਣ ਸਵਾਲ ਇਹ ਆ ਕਿ ਮੈਂ ਆਪਦਾ ਬਜਟ ਚੈੱਕ ਕਰਨਾ ਚਾਹੁੰਦਾ ਕਿ ਮੇਰੇ ਬਜਟ ਦੇ ਅਕੋਰਡਿੰਗਲੀ ਮੈਂ ਕਿੰਨੀ ਜਿਹੜੀ ਮਨੀ ਆ ਉਹ ਸਪੈਂਡ ਕਰ ਲਈ ਤੇ ਕਿੰਨੇ ਪੈਸੇ ਮੇਰੇ ਰਹਿੰਦੇ ਆ ਬਟ ਮੈਂ ਫਿਰ ਇੱਕ ਵਾਰ ਤੋਂ ਦੱਸ ਦਿਆਂ ਕਿ ਡੈਟ ਇਜ਼ ਜਸਟ ਪ੍ਰੈਡਿਕਸ਼ਨ ਠੀਕ ਹੈ ਜੀ ਤਾਂ ਥੱਲੇ ਗੇਟਵੇ ਆਫ ਟੈਲੀ ਦੇ ਵਿੱਚ ਹੀ ਰਿਪੋਰਟ ਦੇ ਵਿੱਚ ਦਿਖਾਈ ਦੇ ਰਿਹਾ ਜੀ ਪ੍ਰੋਫਿਟ ਐਂਡ ਲਾਸ ਅਕਾਊਂਟ ਠੀਕ ਆ ਤਾਂ ਪ੍ਰੋਫਿਟ ਐਂਡ ਲਾਸ ਅਕਾਊਂਟ ਦੇ ਵਿੱਚ ਜਾ ਕੇ ਤਾਂ ਇਨਡਾਇਰੈਕਟ ਐਕਸਪੈਂਸ ਉਹ ਮੈਂ ਇਨਡਾਇਰੈਕਟ ਐਕਸਪੈਂਸ ਦੇ ਵਿੱਚ ਜਿਹੜਾ ਆਪਦਾ ਪੈਟਰੋਲ ਉਹ ਰੱਖਿਆ ਸੀਗਾ
ਜਿਹੜਾ ਲੇਜਰ ਮੇਰਾ ਬਣਾਇਆ ਨਾ ਪੈਟਰੋਲ ਐਕਸਪੈਂਸਿਸ ਦਾ, ਉਹਨੂੰ ਮੈਂ ਕੈਟਾਗਰੀ ਦਿੱਤੀ ਹੋਈ ਹੈ ਜੀ ਇਨਡਾਇਰੈਕਟ ਐਕਸਪੈਂਸ, ਠੀਕ ਆ। ਤਾਂ ਇਹਨੂੰ ਮੈਂ ਜਸਟ ਕਲੈਕਟ ਕਰੂੰਗਾ, ਤਾਂ ਤੁਸੀਂ ਦੇਖ ਸਕਦੇ ਹੋ ਕਿ 1,000 ਰੁਪਏ ਦੀ ਐਂਟਰੀ ਮੈਂ ਪਹਿਲਾਂ ਪਾਈ ਸੀ ਤੇ 500 ਰੁਪਏ ਦੀ ਹੁਣ, ਕਿਉਂਕਿ ਪਹਿਲਾਂ ਸਕਰੀਨ ਸ਼ੇਅਰ ਨਹੀਂ ਹੋ ਰਹੀ ਸੀ ਉਦੋਂ ਤੁਹਾਨੂੰ ਜਸਟ ਸੁਣਾਈ ਦੇ ਰਿਹਾ ਸੀ, ਤਾਂ 500 ਦੀ ਐਂਟਰੀ ਹੁਣ ਮੈਂ ਤੁਹਾਡੇ ਸਾਹਮਣੇ ਪਾਈ ਆ। ਤਾਂ 1,500 ਰੁਪਏ ਦਾ ਜਿਹੜਾ ਮੈਂ ਪੈਟਰੋਲ ਆ ਉਹ ਐਕਸਪੈਂਡ ਕਰ ਚੁੱਕਾ ਹੈਗਾ। ਬਟ ਹੁਣ ਮੇਰਾ ਬਜਟ ਕੀ ਕਹਿੰਦਾ, ਠੀਕ ਆ, ਮੇਰਾ ਜਿਹੜਾ ਫਾਈਨੈਂਸ਼ੀਅਲ ਈਅਰ ਦਾ ਬਜਟ ਸੀਗਾ ਉਹ ਮੇਰਾ ਬਜਟ ਕੀ ਕਹਿੰਦਾ, ਤਾਂ ਮੈਂ ਇੱਥੇ ਰਾਈਟ ਹੈਂਡ ਸਾਈਡ ਤੇ ਤੁਸੀਂ ਦੇਖ ਸਕਦੇ ਹੋ ਬਜਟ ਵੇਰੀਅੰਸ ਬੀ ਆਪਸ਼ਨ ਦੇ ਨਾਲ ਦਿਖਾਈ ਦੇ ਰਿਹਾ ਨਾ ਜੀ, ਇਹਦੇ ਤੇ ਜਸਟ ਮੈਂ ਕਲਿੱਕ ਕਰਨਾ ਤਾਂ ਇਹਦੇ ਉੱਪਰ ਲਿਸਟ ਆ ਗਈ ਜੀ ਕਿੰਨੇ ਬਜਟ ਬਣੇ ਹੋਏ। ਹਜੇ ਤੱਕ ਆਪਣਾ 21 ਬਜਟ ਬਣਾਇਆ ਮੈਂ ਪੈਟਰੋਲ ਐਕਸਪੈਂਸ ਦਾ, ਇਹ ਤੇ ਜਸਟ ਮੈਂ ਕਲਿੱਕ ਕਰ ਦੇਣਾ, ਠੀਕ ਹੈ ਜੀ। ਤਾਂ ਮੇਰਾ ਕਿੰਨੇ ਪਰਸੈਂਟ ਜਿਹੜਾ ਬਜਟ ਆ ਉਹ ਵਰਤੋਂ ਵਿੱਚ ਹੈਗਾ ਅਕੋਰਡਿੰਗ ਟੂ, ਤਾਂ ਤੁਸੀਂ ਦੇਖ ਸਕਦੇ ਹੋ 1,500 ਰੁਪਈਆ ਜਿਹੜਾ ਮੇਰਾ 15% ਉਹ ਮੈਂ ਵਰਤ ਚੁੱਕਾ ਆਲਰੇਡੀ। ਬਜਟ ਮੇਰਾ ਸੀਗਾ ਜੀ ਪੂਰਾ 10,000 ਰੁਪਏ ਦਾ, ਠੀਕ ਆ, ਆਹ ਰਾਈਟ ਹੈਂਡ ਸਾਈਡ ਤੁਸੀਂ ਦੇਖ ਸਕਦੇ ਹੋ, ਡੈਟ ਮੀਨ 8,500 ਰੁਪਈਆ ਮੇਰਾ ਜਿਹੜਾ ਉਹ ਅਕੋਰਡਿੰਗ ਟੂ ਬਜਟ ਹੈਗਾ ਪੈਂਡਿੰਗ, ਅਕੋਰਡਿੰਗ ਟੂ ਬਜਟ ਜਿਹੜਾ 8,500 ਰੁਪਈਆ ਮੈਂ ਹੋਰ ਜਿਹੜਾ ਉਹ ਐਕਸਪੈਂਡ ਕਰ ਸਕਦਾ ਪੈਟਰੋਲ ਖਰਚੇ ਦੇ ਉੱਤੇ, ਠੀਕ ਹੈ ਜੀ। ਤਾਂ ਇਹ ਮੇਰਾ ਬਜਟ ਆ, ਇਹ ਜਸਟ ਬਜਟ ਮੈਨੂੰ ਦੱਸ ਰਿਹਾ ਕਿ 1,500 ਰੁਪਈਆ ਮੈਂ ਆਪਣਾ ਵਰਤ ਲਿਆ ਹੈਗਾ ਜਿਹਦੇ ਵਿੱਚੋਂ 8,500 ਰੁਪਈਆ ਹਜੇ ਵੀ ਮੈਂ ਵਰਤ ਸਕਦਾ। ਤਾਂ ਕਈਆਂ ਦੇ ਰੇਜ਼ ਹੈਂਡ ਜਿਹੜੇ ਰੇਜ਼ ਹੋ ਰਹੇ ਆ, ਤਾਂ ਉਹ ਆਪਾਂ ਐਟ ਦਾ ਐਂਡ ਆਫ ਸੈਸ਼ਨ ਤੁਹਾਡੇ ਕੁਐਸਚਨ ਦੇ ਆਂਸਰ ਮੈਂ ਜ਼ਰੂਰ ਦੇਊਂਗਾ। ਤਾਂ ਨੈਕਸਟ ਟੋਪਿਕ ਜਿਹੜਾ ਬਜਟ, ਹੋਪਫੁਲੀ ਤੁਹਾਨੂੰ ਬਜਟ ਬਾਰੇ ਸਮਝ ਲੱਗ ਗਈ ਹੋਊਗੀ। ਦੈਨ ਆਫਟਰ ਡੈਟ ਆ ਗਿਆ ਜੀ ਸਿਨੈਰੀਓ ਮੈਨੇਜਮੈਂਟ। ਤਾਂ ਜਿੱਦਾਂ ਕਿ ਮੈਂ ਤੁਹਾਨੂੰ ਦੱਸ ਕੇ ਹਟਿਆ, ਸਿਨੈਰੀਓ ਦਾ ਮਤਲਬ ਹੈਗਾ ਕਿ ਅਸੀਂ ਕੋਈ ਫੇਕ ਬਿੱਲ ਪਹਿਲਾਂ ਤੋਂ ਹੀ ਬਣਾ ਲਿਆ। ਸਪੋਜ਼ ਡੈਟ ਮੈਂ ਕੋਈ ਚੀਜ਼ ਸੇਲ ਕਰਨੀ ਆ, ਠੀਕ ਆ ਜੀ, ਉਹ ਚੀਜ਼ ਹਜੇ ਤੱਕ ਮੈਂ ਸੇਲ ਨਹੀਂ ਕੀਤੀ, ਮੇਰੇ ਆਪਦੇ ਆਰਗਨਾਈਜੇਸ਼ਨ ਦੇ ਵਿੱਚ ਹੀ ਬੋਲ ਰਹੀ ਆ, ਬਟ ਮੈਂ ਜਿਹੜਾ ਉਹਦਾ ਬਿੱਲ ਵਾ ਉਹ ਪਹਿਲਾਂ ਤੋਂ ਹੀ ਪ੍ਰਪੇਅਰ ਕਰਨਾ ਚਾਹੁੰਦਾ, ਠੀਕ ਆ। ਮੈਂ ਚਾਹੁੰਦਾ ਕਿ ਜਿਹੜਾ ਮੇਰਾ ਸਿਨੈਰੀਓ ਪਹਿਲਾਂ ਤੋਂ ਤਿਆਰ ਹੋ ਜੇ, ਤਾਂ ਜਦੋਂ ਉਹ ਮੈਨੂੰ ਕਹਿਣ ਤਾਂ ਮੈਂ ਉਹਨੂੰ ਐਕਟੀਵੇਟ ਕਰਦਾ ਯੂਜ਼ਿੰਗ ਸਿਨੈਰੀਓ, ਠੀਕ ਆ। ਤਾਂ ਇਹ ਪ੍ਰੈਡਿਕਸ਼ਨ ਲਾ ਕੇ ਰੱਖਣੀ ਆ, ਤਾਂ ਅਸੀਂ ਉਹ ਕਿੱਦਾਂ ਸਿਨੈਰੀਓ ਜਿਹੜਾ ਬਣਾਉਣਾ, ਤਾਂ ਸਭ ਤੋਂ ਪਹਿਲਾਂ ਉਹੀ ਆਪਸ਼ਨ ਜਿੱਦਾਂ ਕਿ ਮੈਂ ਤੁਹਾਨੂੰ ਦੱਸਿਆ ਸੀ F11 ਦੀ ਹੈਲਪ ਦੇ ਨਾਲ ਜਾ ਕੇ ਸਿਨੈਰੀਓ ਨੂੰ ਅਸੀਂ ਜਾ ਕੇ ਅਨੇਬਲ ਕਰਨਾ, ਠੀਕ ਆ। ਤਾਂ ਉਹ ਅਸੀਂ ਪਹਿਲਾਂ ਤੋਂ ਹੀ ਅਨੇਬਲ ਕਰ ਚੁੱਕੇ ਹਾਂ। ਤਾਂ ਹੁਣ ਅਸੀਂ 10 ਨੰਬਰ ਆਪਸ਼ਨ ਅਕਾਊਂਟਿੰਗ ਇਨਫੋ ਦੇ ਵਿੱਚ ਸਿਨੈਰੀਓ, ਠੀਕ ਆ ਜੀ, ਤਾਂ ਸਿਨੈਰੀਓ 'ਤੇ ਕਲਿੱਕ ਕਰਨਾ। ਹੁਣ ਮੇਰੇ ਕੋਲ ਹਜੇ ਤੱਕ ਕੋਈ ਸਿਨੈਰੀਓ ਨਹੀਂ ਹੈਗਾ, ਤਾਂ ਮੈਂ ਸਿਨੈਰੀਓ ਜਿਹੜਾ ਕ੍ਰੀਏਟ ਕਰਨਾ। ਤਾਂ ਇਸ ਤੋਂ ਪਹਿਲਾਂ ਸਾਨੂੰ ਕੀ ਚੀਜ਼ਾਂ ਦੀ ਰਿਕੁਆਇਰਮੈਂਟ ਹੈਗੀ ਆ ਉਹ ਚੀਜ਼ਾਂ ਦੇ ਬਾਰੇ ਵੀ ਸੁਣ ਲਓ, ਠੀਕ ਹੈ ਜੀ। ਆਪਣਾ ਇਨਵੈਂਟਰੀ ਇਨਫੋਰਮੇਸ਼ਨ ਦੇ ਵਿੱਚ ਜਾਣਾ ਜੀ 2 ਨੰਬਰ ਦੇ ਵਿੱਚ। ਤਾਂ ਕੋਈ ਚੀਜ਼ ਮੈਂ ਸੇਲ ਹੀ ਕਰਨੀ ਹੈ ਨਾ, ਇਟ ਮੀਨ ਉਹਦਾ ਸਟਾਕ, ਉਹਦਾ ਆਈਟਮ ਦਾ ਨਾਂ ਹੋਣਾ ਚਾਹੀਦਾ, ਉਹਦੀ ਯੂਨਿਟ ਕੀ ਆਈਟਮ ਦੀ ਪੀਸੀ ਦੇ ਵਿੱਚ ਆ ਜਾਂ ਕਿਲੋਗ੍ਰਾਮ ਦੇ ਵਿੱਚ ਆ ਉਹ, ਠੀਕ ਆ ਜੀ। ਤਾਂ ਸਟਾਕ ਆਈਟਮ ਦਾ ਨਾਮ ਕੀ ਆ ਅਤੇ ਗਰੁੱਪ ਕੀ ਆ। ਹੁਣ ਗਰੁੱਪ ਦਾ ਮਤਲਬ ਵੀ ਸਪੋਜ਼ ਡੈਟ ਮੇਰੀ ਇੱਕ ਕੁਰਸੀ ਆ ਮੈਂ ਜਿਹੜੇ ਬਣਾਏ ਹੋਏ ਆ ਉਹਦੀ ਗੱਲ ਦੱਸਦਾ, ਵੀ ਸਟਾਕ ਗਰੁੱਪ ਦਾ ਨਾਮ ਮੈਂ ਰੱਖਤਾ ਜੀ ਫਰਨੀਚਰ, ਠੀਕ ਆ। ਮੈਂ ਤੁਹਾਨੂੰ ਦਿਖਾ ਦਿੰਦਾ, ਸਟਾਕ ਗਰੁੱਪ ਦੇ ਵਿੱਚ ਮੈਂ ਰੱਖਿਆ ਹੋਇਆ ਜੀ ਫਰਨੀਚਰ, ਡੈਟ ਮੀਨ ਫਰਨੀਚਰ ਗਰੁੱਪ ਦੇ ਵਿੱਚ ਜੋ ਜੋ ਚੀਜ਼ਾਂ ਫਰਨੀਚਰ ਦੇ ਰਿਲੇਟਡ ਹੋਣਗੀਆਂ ਉਹ ਮੈਂ ਐਂਟਰ ਕਰ ਦੂੰਗਾ। ਦੈਨ 2 ਨੰਬਰ ਹੈਗਾ ਸਟਾਕ ਆਈਟਮ, ਸਟਾਕ ਆਈਟਮ ਦੇ ਵਿੱਚ ਫਰਨੀਚਰ ਦੇ ਰਿਲੇਟਡ ਕਿਹੜੇ ਕਿਹੜੇ ਆਈਟਮ ਆ ਉਹ, ਠੀਕ ਆ ਜੀ। ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਮੈਂ ਬਣਾਈ ਹੋਈ ਆ ਜੀ ਚੇਅਰਸ, ਠੀਕ ਆ, ਚੇਅਰ ਜਿਹੜਾ ਆਪਣਾ ਉਹ ਫਰਨੀਚਰ ਦਾ ਪਾਰਟ ਆ। ਤਾਂ ਗਰੁੱਪ ਮੇਰਾ ਬਣ ਗਿਆ ਫਰਨੀਚਰ, ਦੈਨ ਚੇਅਰ ਜਿਹੜਾ ਬਣ ਗਿਆ ਪਾਰਟ ਆਫ ਫਰਨੀਚਰ, ਠੀਕ ਆ। ਦੈਨ ਯੂਨਿਟ, ਕਿਹੜੀ ਯੂਨਿਟ ਦੇ ਵਿੱਚ ਅਸੀਂ ਉਹਨੂੰ ਮੈਜ਼ਰ ਕਰਨਾ। ਹੁਣ ਚੇਅਰ ਨੂੰ ਅਸੀਂ ਕਿਲੋਗ੍ਰਾਮ ਦੇ ਵਿੱਚ ਮੈਜ਼ਰ ਨਹੀਂ ਕਰਦੇ, ਉਹਨੂੰ ਪੀਸੀਸ ਦੇ ਵਿੱਚ ਮੈਜ਼ਰ ਕਰਦੇ ਹਾਂ। ਤਾਂ ਉਹਦੀ ਮੈਂ ਜਿਹੜੀ ਬਣਾਤੀ PCS, ਡੈਟ ਮੀਨ ਪੀਸ। ਤਾਂ ਇਹ ਜਿਹੜੀਆਂ 3 ਚੀਜ਼ਾਂ ਸੇਲ ਵਾਸਤੇ ਸਾਨੂੰ ਬਣਾਉਣੀਆਂ ਪੈਣੀਆਂ। ਤਾਂ ਹੁਣ ਗੱਲ ਕਰੀਏ ਅਗਰ ਅਸੀਂ ਸਿਨੈਰੀਓ ਮੈਨੇਜਮੈਂਟ ਦੀ, ਤਾਂ 4 ਨੰਬਰ ਆਪਸ਼ਨ ਸਿਨੈਰੀਓ, ਇਹਦੇ 'ਤੇ ਕਲਿੱਕ ਕਰਕੇ ਦੈਨ ਕ੍ਰੀਏਟ ਸਿਨੈਰੀਓ ਉਸੇ ਤਰ੍ਹਾਂ, ਠੀਕ ਹੈ ਜੀ। ਦੈਨ ਨੇਮ ਆਫ ਸਿਨੈਰੀਓ ਕੀ ਆ, ਮੈਂ ਸਪੋਜ਼ ਕੋਈ ਸੇਲ ਕਰਨੀ ਹੈ ਤਾਂ ਮੈਂ ਰੱਖਤਾ ਜੀ ਸੇਲ, ਠੀਕ ਆ। ਅਤੇ ਉਸ ਤੋਂ ਬਾਅਦ ਕਿਹੜੇ ਆਪਣੇ ਲੇਜਰ ਦੇ ਥਰੂ ਤੁਸੀਂ ਜਿਹੜੀ ਆ ਉਹ ਵਾਊਚਰ ਦੇ ਥਰੂ ਸੇਲ ਕਰਨੀ ਹੈਗੀ ਆ। ਤਾਂ ਲਾਸਟ 'ਤੇ ਥੱਲੇ ਤੁਸੀਂ ਦੇਖ ਸਕਦੇ ਹੋ ਇੱਕ ਸੇਲਜ਼ ਨਾਮ ਦਾ ਵਾਊਚਰ ਦਿਖਾਈ ਦੇ ਰਿਹਾ, ਡੈਟ ਮੀਨ ਵਿਦ ਆਪਸ਼ਨਲ ਵਾਊਚਰ, ਠੀਕ ਆ। ਜਿਹੜਾ ਸਿਨੈਰੀਓ ਉਹ ਬਹੁਤ ਸਾਰੇ ਵਾਊਚਰ ਦੇ ਥਰੂ ਬਣਦਾ, 3 ਜਿਹੜੇ ਆਪਣੇ ਕੋਲ ਵਾਊਚਰ ਹੁੰਦੇ ਆ ਉਹ ਆਪਾਂ PPT ਦੇ ਵਿੱਚ ਹੁਣ ਮੈਂ ਦੱਸਦਾ ਇੱਕ ਵਾਰੀ। ਬਟ ਸੇਲ ਵਾਊਚਰ ਯੂਜ਼ਿੰਗ ਆਪਸ਼ਨਲ ਵਾਊਚਰ 'ਤੇ ਮੈਂ ਕਲਿੱਕ ਕਰ ਦੇਣਾ, ਆਪਸ਼ਨਲ ਵਾਊਚਰ 'ਤੇ ਕਲਿੱਕ ਕਰਕੇ ਦੈਨ ਆਫਟਰ ਡੈਟ ਇਸ ਨੂੰ ਯੈਸ ਕਰ ਦੇਣਾ, ਠੀਕ ਹੈ ਜੀ। ਤਾਂ ਜਿਹੜਾ ਮੇਰਾ ਸਿਨੈਰੀਓ ਆ ਉਹ ਕ੍ਰੀਏਟ ਹੋ ਚੁੱਕਾ, ਕਿਉਂਕਿ ਅਲਟਰ ਦਾ ਆਪਸ਼ਨ ਉਦੋਂ ਹੁੰਦਾ। ਅਲਟਰ ਦਾ ਤੁਹਾਨੂੰ ਫਿਰ ਦੁਬਾਰਾ ਦੱਸਦੇ ਵੀ ਅਗਰ ਤੁਸੀਂ ਉਸ ਨੂੰ ਐਡਿਟ ਕਰਨਾ ਚਾਹੁੰਦੇ ਹੋ, ਬਣਾਈ ਹੋਈ ਬਜਟ ਨੂੰ ਜਾਂ ਸਿਨੈਰੀਓ ਨੂੰ ਐਡਿਟ ਕਰਨਾ,
ਤਾਂ ਤੁਸੀਂ ਅਲਟਰ ਤੇ ਕਲਿੱਕ ਕਰਕੇ ਉਹਦੀ ਜਿਹੜੀ ਆ ਸੇਲ ਸਿਨੈਰੀਓ ਹੈਗਾ ਉਹਨੂੰ ਐਡਿਟ ਕਰ ਸਕਦੇ ਹੈਗੇ। ਠੀਕ ਆ, ਤਾਂ ਹੁਣ ਦੂਸਰੀ ਗੱਲ ਹੈਗੀ ਆ ਵੀ ਮੈਂ ਜਿਹੜੀ ਉਹਨੂੰ ਐਂਟਰੀ ਪਾਉਣੀ ਆ ਆਪਣੇ ਲੇਜਰ ਦੇ ਥਰੂ, ਜਿਹੜੀਆਂ ਕੁਰਸੀਆਂ ਇਹਨਾਂ ਨੂੰ ਮੈਂ ਸੇਲ ਕਰਨਾ। ਠੀਕ ਆ, ਤਾਂ ਕੁਰਸੀ ਦਾ ਪ੍ਰਾਈਜ਼ ਮੈਂ ਕੀ ਰੱਖਿਆ ਹੋਇਆ 400 ਰੁਪਇਆ। ਤਾਂ ਹੁਣ ਉਹਦੀ ਐਂਟਰੀ ਕਿੱਦਾਂ ਪੈਣੀ ਆ, ਸੇਲ ਐਂਟਰੀ ਕਿੱਦਾਂ ਪੈਣੀ ਆ, ਉਹ ਉਸੇ ਤਰ੍ਹਾਂ ਹੀ ਜਿੱਦਾਂ ਅਸੀਂ ਬਜਟ ਦੇ ਵਿੱਚ ਐਂਟਰੀ ਪਾਈ ਆ ਉਸੇ ਤਰ੍ਹਾਂ ਹੀ ਐਂਟਰੀ ਪੈਣੀ ਆ। ਕਾਊਂਟਿੰਗ ਵਾਊਚਰ ਦੇ ਵਿੱਚ ਅਸੀਂ ਗਏ, ਠੀਕ ਹੈ ਜੀ, ਤਾਂ ਇਹ ਪੇਮੈਂਟ ਦੇ ਥਰੂ ਨਹੀਂ ਆਉਣਾ ਜੀ, ਇਹ ਆਉਣਾ ਸੇਲਸ। ਠੀਕ ਆ, ਤਾਂ ਮੈਂ ਸੇਲ ਵਾਲਾ ਕਲਿੱਕ ਕਰ ਲਿਆ ਜੀ। ਦੈਨ ਪਾਰਟੀ ਦਾ ਨਾਮ, ਹੁਣ ਪਾਰਟੀ ਦਾ ਨਾਮ ਜਿਹੜੀ ਪਾਰਟੀ ਨੂੰ ਤੁਸੀਂ ਆਪਦਾ ਜਿਹੜਾ ਪ੍ਰੋਡਕਟ ਵਾ ਉਹ ਵੇਚ ਰਹੇ ਹੈਗੇ ਹੋ, ਠੀਕ ਆ, ਜਿਹਨੂੰ ਸੰਡਰੀ ਡੈਪਟਰ ਕਹਿੰਦੇ ਆ। ਸੰਡਰੀ ਡੈਪਟਰ ਦੇ ਵਿੱਚ ਤੁਸੀਂ ਇੱਕ ਲੇਜਰ ਪ੍ਰਪੇਅਰ ਕਰ ਲੈਣਾ ਜਿਹੜੀ ਕੰਪਨੀ ਨੂੰ ਤੁਸੀਂ ਆਪਦਾ ਜਿਹੜਾ ਉਹ ਪ੍ਰੋਡਕਟ ਹੈਗਾ ਉਹ ਵੇਚਣਾ ਚਾਹੁੰਦੇ ਹੋ। ਤਾਂ ਤੁਸੀਂ ਦੇਖ ਸਕਦੇ ਹੋ ਕਿ ਮੇਰਾ ਇੱਕ ਰਵੀ ਨਾਂ ਦਾ ਜਿਹੜਾ ਅਕਾਊਂਟ ਉਹ ਪਹਿਲਾਂ ਤੋਂ ਹੀ ਬਣਿਆ ਹੈਗਾ, ਇਹ ਸੰਡਰੀ ਡੈਬਿਟ ਆ। ਤਾਂ ਜਿਹੜੀ ਪਾਰਟੀ ਨੂੰ ਮੈਂ ਸੇਲ ਕਰਨੀ ਆ ਉਹਦਾ ਜਿਹੜਾ ਅਕਾਊਂਟ ਆ ਉਹ ਸਿਲੈਕਟ ਕਰ ਲੈਣਾ। ਤਾਂ ਮੈਂ ਰਵੀ 'ਤੇ ਕਲਿੱਕ ਕੀਤਾ, ਠੀਕ ਹੈ ਜੀ। ਦੈਨ ਡਿਲੀਵਰੀ ਡੇਟ ਵਗੈਰਾ ਅਗਰ ਤੁਸੀਂ ਐਂਟਰ ਕਰਨਾ ਚਾਹੁੰਦੇ ਹੋ ਤਾਂ ਇਹ ਤੁਸੀਂ ਕਰ ਸਕਦੇ ਹੈਗੇ, ਠੀਕ ਹੈ ਜੀ। ਤਾਂ ਇਹ ਚੀਜ਼ਾਂ ਆਪਾਂ ਆਰਡਰ ਡਿਟੇਲ ਜੋ ਹੈਗੀ ਆ, ਠੀਕ ਆ, ਜੋ ਉਹਦਾ ਰਵੀ ਸੈਂਡ ਬਾਇਰ ਦਾ ਐਡਰੈਸ ਹੈਗਾ ਉਹਦਾ ਸਾਰਾ ਐਂਟਰ ਕਰਕੇ ਤੁਸੀਂ ਦੈਨ ਆਫਟਰ ਆ ਜਾਣਾ ਜੀ ਕਿਹੜੇ ਲੇਜਰ ਦੀ ਹੈਲਪ ਦੇ ਨਾਲ। ਤਾਂ ਦੋ, ਇੱਕ ਸੇਲ ਲੇਜਰ ਬਣਾਇਆ ਹੋਊਗਾ ਫੋਰ ਸੇਲ, ਉਹਨੂੰ ਸਿਲੈਕਟ ਕਰ ਲੈਣਾ, ਠੀਕ ਆ। ਤਾਂ ਇੱਥੇ ਹੁਣ ਮੇਨ ਐਂਟਰੀ ਜਿਹੜੀ ਹੋ ਰਹੀ ਆ, ਇੱਥੇ ਮੈਂ ਹੁਣ ਐਂਟਰੀ ਕਰ ਰਿਹਾ ਜੀ ਚੇਅਰ ਦੀ, ਚੇਅਰ ਦੀ ਐਂਟਰੀ ਕਰ ਰਿਹਾ। ਤਾਂ ਮੈਂ ਇੱਥੇ ਕਲਿੱਕ ਕਰ ਦੇਣਾ ਜੀ ਚੇਅਰਸ। ਤਾਂ ਤੁਸੀਂ ਦੇਖ ਸਕਦੇ ਹੋ ਮੇਰਾ ਪਹਿਲਾਂ ਤੁਸੀਂ ਚੇਅਰਸ ਨਾਂ ਦਾ ਜਿਹੜਾ ਉਹ 1000 ਸਟਾਕ ਜਿਹੜਾ ਉਹ ਦਿਖਾਈ ਦੇ ਰਿਹਾ ਹੈਗਾ। ਮੈਂ ਤੁਹਾਨੂੰ ਪਹਿਲਾਂ ਦੱਸ ਕੇ ਹਟਿਆ ਵੀ ਗਰੁੱਪ, ਦੈਨ ਕਿਹੜਾ ਪ੍ਰੋਡਕਟ, ਦੈਨ ਉਹਦਾ ਕੀ ਯੂਨਿਟ ਆ, ਠੀਕ ਆ। ਤਾਂ ਮੈਂ ਇਹਨੂੰ ਸਿਲੈਕਟ ਕਰ ਲਿਆ। ਤਾਂ ਕੁਆਂਟਿਟੀ ਮਤਲਬ ਕਿੰਨੀਆਂ ਤੁਸੀਂ ਸੇਲ ਕਰਨੀਆਂ। ਤਾਂ ਜੇ ਮੈਂ ਉੱਥੇ 1000 ਰੱਖੀਆਂ ਸੀ ਤਾਂ ਇਹਦੇ ਵਿੱਚ ਸਪੋਜ਼ ਰੈਟ ਵੀ ਮੈਂ 100 ਸੇਲ ਕਰਨੀਆਂ ਹੈਗੀਆਂ, ਠੀਕ ਆ। 1000 ਆ, 400 ਰੁਪਇਆ ਮੈਂ ਰੇਟ ਰੱਖਿਆ, ਡੈਟ ਮੀਨ 400,000 ਦਾ ਪ੍ਰੋਡਕਟ ਮੇਰੇ ਕੋਲ ਪਿਆ ਹੈਗਾ। ਤਾਂ ਮੈਂ ਜਿਹੜੀ ਕੁਆਂਟਿਟੀ ਆ 100 ਸੇਲ ਕਰਨਾ ਚਾਹੁੰਦਾ, ਠੀਕ ਆ। ਦੈਨ ਰੇਟ ਮੈਂ ਉਹਦਾ ਦੇਤਾ ਜੀ 400 ਰੁਪਇਆ, 400 ਰੁਪਇਆ ਰੇਟ ਦੇਤਾ। ਦੈਨ ਅਮਾਊਂਟ ਹੈਗਾ ਜੀ 400,000 ਰੁਪਏ, ਠੀਕ ਹੈ ਜੀ। ਦੈਨ ਇਹਨੂੰ ਹੁਣ ਆਹ ਵਾਲੀ ਐਂਟਰੀ ਨੂੰ ਮੈਂ ਸੇਵ ਕਰਨਾ ਕੰਟਰੋਲ ਏ, ਕੰਟਰੋਲ ਏ ਦੇ ਨਾਲ ਜਿਹੜੀ ਮੇਰੀ ਆ ਉਹ ਐਂਟਰੀ ਆ ਉਹ ਸੇਵ ਹੋ ਗਈ ਹੈ। ਤਾਂ ਇਸ ਐਂਟਰੀ ਦੇ ਅਕੋਰਡਿੰਗਲੀ ਮੈਂ ਆਪਣਾ ਇੱਕ ਬਿੱਲ ਪ੍ਰਪੇਅਰ ਕੀਤਾ ਜਿਹਦੇ ਵਿੱਚ ਮੈਂ ਐਂਟਰੀ ਪਾਤੀ ਵੀ ਮੈਂ 100 ਕੁਰਸੀਆਂ ਵੇਚ ਰਿਹਾ 400 ਰੁਪਏ ਦੇ ਉੱਤੇ ਰਵੀ ਸੈਂਟਰ ਨੂੰ, ਠੀਕ ਆ, ਜਿਹੜਾ ਰਵੀ ਬਾਇਰ, ਸੋਰੀ। ਤਾਂ ਹੁਣ ਮੈਂ ਚੈੱਕ ਕਰਨਾ ਵੀ ਮੇਰਾ ਕਿੰਨਾ ਮੇਰੇ ਕੋਲ ਬੈਲੈਂਸ ਬਚਿਆ ਵਾ, ਠੀਕ ਹੈ ਜੀ। ਤਾਂ ਮੈਂ ਡਿਸਪਲੇ 'ਤੇ ਜਾ ਕੇ ਇਹਦੇ ਵਿੱਚ ਗੇਟਵੇ ਆਫ ਟੈਲੀ ਦੇ ਵਿੱਚ ਸਾਰੇ ਆਪਸ਼ਨਸ ਮੈਂ ਯੂਜ਼ ਕਰ ਰਿਹਾ। ਤਾਂ ਮੈਂ ਡਿਸਪਲੇ 'ਤੇ ਜਾਊਂਗਾ, ਦੈਨ ਡੇ ਬੁੱਕ। ਤਾਂ ਤੁਸੀਂ ਦੇਖ ਸਕਦੇ ਹੋ ਜੀ, ਇੱਕ ਤਾਂ ਆ ਬਜਟ ਦੇ ਵਿੱਚ ਆਪਾਂ ਐਂਟਰੀਆਂ ਪਾਈਆਂ ਸੀਗੀਆਂ 1000 ਅਤੇ 500 ਰੁਪਏ ਦੀ, ਜਿਹੜੀਆਂ ਡੇ ਦੇ ਵਿੱਚ ਜਿੰਨੀਆਂ ਐਂਟਰੀਆਂ ਹੋਣਗੀਆਂ ਤੁਹਾਨੂੰ ਦਿਖਾ ਦਿੱਤੀਆਂ ਜਾਣਗੀਆਂ, ਠੀਕ ਆ। ਉਹ ਆਪਾਂ ਆਪਣੇ ਪੇਮੈਂਟ ਦੇ ਵਿੱਚ ਪਾਈਆਂ ਸੀਗੀਆਂ। ਅਤੇ ਜਿਹੜਾ ਰਵੀ ਵਾਲੀ ਐਂਟਰੀ ਆ ਹੁਣੇ ਰੀਸੈਂਟਲੀ ਮੈਂ ਪਾਈ ਆ, ਇਹ ਪਾਈ ਆ ਜੀ ਮੈਂ ਆਪਣੇ ਦੇ ਵਿੱਚ ਸੇਲ ਅਕਾਊਂਟ ਦੇ ਵਿੱਚ, ਠੀਕ ਹੈ ਜੀ। ਤਾਂ ਇਹ 400 ਰੁਪਇਆ ਪ੍ਰਾਈਜ਼ ਰੇਟ ਆ, ਅਤੇ 100 ਰੁਪਇਆ ਜਿਹੜਾ ਪੀਸ ਆ ਉਹ ਮੈਂ ਵੇਚਤਾ ਰਵੀ ਨੂੰ 40,000 ਦੇ ਵਿੱਚ, ਠੀਕ ਆ। ਤਾਂ ਹੁਣ ਮੇਰਾ ਸਟੋਕ ਕੀ ਕਹਿੰਦਾ, ਕਿਉਂਕਿ ਮੇਰੇ ਕੋਲ ਸਟੋਕ ਜਿਹੜਾ ਸੀਗਾ ਉਹ 1000 ਕੁਰਸੀ ਦਾ ਸੀਗਾ, ਠੀਕ ਹੈ ਜੀ। ਤਾਂ ਮੈਂ ਕੀ ਕਰੂੰਗਾ, ਸਟੋਕ ਸਮਰੀ, ਪ੍ਰੋਫਿਟ ਐਂਡ ਲਾਸ ਦੇ ਥੱਲੇ ਇੱਕ ਸਟੋਕ ਸਮਰੀ ਤੁਹਾਨੂੰ ਦਿਖਾਈ ਦੇ ਰਹੀ ਹੋਊਗੀ। ਤਾਂ ਸਟੋਕ ਸਮਰੀ 'ਤੇ ਮੈਂ ਕਲਿੱਕ ਕੀਤਾ, ਦੈਨ ਫਰਨੀਚਰ 'ਤੇ ਕਲਿੱਕ ਕਰਕੇ ਮੇਰਾ ਜਿਹੜਾ 1000 ਪੀਸ ਦੇ ਵਿੱਚੋਂ 900 ਪੀਸ ਪੈਂਡਿੰਗ ਰਹਿ ਗਿਆ, ਕਿਉਂਕਿ ਉਸਦੇ ਵਿੱਚ ਮੈਂ 1000 ਪੀਸ ਰੱਖਿਆ ਸੀ। 100 ਪੀਸ ਜਿਹੜਾ ਮੈਂ ਹੁਣ ਜਿਹੜਾ ਵਾ ਤੁਹਾਡੇ ਸਾਹਮਣੇ ਹੀ ਜਿਹੜਾ ਉਹ ਸੇਲ ਕਰ ਦਿੱਤਾ ਹੈਗਾ, ਠੀਕ ਹੈ ਜੀ। ਤਾਂ ਅਪ੍ਰੈਲ ਦੇ ਵਿੱਚ ਆਊਟਵਰਡ ਦੇ ਵਿੱਚ 100 ਪੀਸ 40,000 ਰੁਪਏ ਦੇ ਸੇਲ ਹੋ ਗਏ। 1000 ਟੋਟਲ ਕਿੰਨੇ ਸੀਗੇ ਜੀ ਓਪਨਿੰਗ ਵੇਲੇ, 1000 ਪੀਸ ਸੀਗੇ 400,000 ਦੇ, ਠੀਕ ਆ। ਇਹ ਹੈਗੀ ਹੈ ਤੁਹਾਡੇ ਸਟੋਕ ਸਮਰੀ, ਵੀ ਤੁਹਾਡੇ ਕੋਲ ਚੇਅਰਸ ਦਾ ਕਿੰਨਾ ਸਟੋਕ ਪਿਆ ਸੀਗਾ। ਮੇਰੇ ਕੋਲ ਸਟੋਕ ਸੀਗਾ 1000 ਪੀਸ ਦਾ, ਠੀਕ ਆ। ਤਾਂ ਅਪ੍ਰੈਲ ਦੇ ਵਿੱਚ ਮੈਂ ਕਿੰਨਾ ਸਟੋਕ ਵੇਚਿਆ, ਤਾਂ ਮੈਂ ਤੁਹਾਡੇ ਸਾਹਮਣੇ 100 ਪੀਸਿਸ ਦੀ ਐਂਟਰੀ ਪਾਈ ਸੀ 40,000 ਦੀ। ਤਾਂ 360,000 ਰੁਪਏ ਦਾ 900 ਪੀਸ ਜਿਹੜੇ ਆ ਉਹ ਮੇਰੇ ਹਜੇ ਪੈਂਡਿੰਗ ਆ। ਬਟ ਕੁਐਸਚਨ ਹੁਣ ਇਹ ਆ ਕਿ ਮੈਂ ਹਜੇ ਤੱਕ ਜਿਹੜੀ ਇਹ ਚੀਜ਼ ਆ ਇਹ ਵੇਚੀ ਨਹੀਂ ਹੈਗੀ, ਠੀਕ ਆ। ਇਹ ਜਸਟ ਮੈਂ ਸਿਨੈਰੀਓ ਪ੍ਰਪੇਅਰ ਕਰਨਾ ਚਾਹੁੰਦਾ ਕਿ ਜਿਹੜਾ ਇਹ ਮੇਰਾ ਸਟੋਕ ਹੈਗਾ ਇਹਨੂੰ ਮੈਂ ਹਜੇ ਸੋਲਡ ਆਊਟ ਨਹੀਂ ਕੀਤਾ, ਪਰ ਇਹ ਮੇਰੇ ਜਿਹੜੇ ਅਕਾਊਂਟ ਡਾਟੇ ਦੇ ਉੱਤੇ ਇਫੈਕਟ ਕਰ ਰਿਹਾ। ਤਾਂ ਹੁਣ ਮੈਂ ਜਿੱਦਾਂ ਕਿ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ ਆਪਸ਼ਨਲ ਵਾਊਚਰ ਦੀ ਆਪਾਂ ਹੈਲਪ ਲਈ ਸੀਗੀ, ਠੀਕ ਆ। ਤਾਂ ਉਹ ਆਪਸ਼ਨਲ ਵਾਊਚਰ ਨੂੰ ਮੈਨੂੰ ਅਨੇਬਲ ਕਰਨਾ ਪਊਗਾ। ਜਦੋਂ ਮੈਂ ਉਹਨੂੰ ਅਨੇਬਲ ਕਰ ਦੂੰਗਾ
ਤਾਂ ਇਹ ਜਿਹੜਾ 100 ਪੀਸ ਆ ਇਸ ਦੇ ਵਿੱਚ ਹੀ ਕਾਊਂਟ ਹੋਊਗਾ ਬਟ ਜਿਹੜੀ ਉਹ ਮੇਰਾ ਬਿੱਲ ਆ ਉਹ ਉਸੇ ਤਰ੍ਹਾਂ ਪ੍ਰਪੇਅਰਡ ਰਹੂਗਾ ਤਾਂ ਉਹ ਮੈਂ ਹੁਣ ਕਿੱਦਾਂ ਜਾਣਾ ਤਾਂ ਐਕਸਪੇ ਜਿਹੜਾ ਬਟਨ ਆਪਣਾ ਸਪੀਕ ਦਾ ਉਹਦੇ 'ਤੇ ਕਲਿੱਕ ਕਰਕੇ ਮੈਂ ਵਾਪਸ ਫਿਰ ਉਸੇ ਹੀ ਡਿਸਪਲੇ 'ਤੇ ਜਾ ਕੇ ਡੇ ਬੁੱਕ 'ਤੇ ਠੀਕ ਆ ਰਵੀ ਵਾਲੀ ਜਿਹੜੀ ਆਪਦੀ ਐਂਟਰੀ ਹੈਗੀ ਆ ਉਹ ਮੈਂ ਕਲਿੱਕ ਕਰ ਲਈ ਹੈਗੀ ਆ ਓਪਨ ਕਰ ਲਈ ਹੈਗੀ ਆ ਠੀਕ ਹੈ ਜੀ ਤਾਂ ਹੁਣ ਇਹਨੂੰ ਮੈਂ ਅਗਰ ਮੈਂ ਇਹਨੂੰ ਆਪਸ਼ਨਲ ਦੇ ਵਿੱਚ ਲੈ ਕੇ ਆਉਣਾ ਤਾਂ ਕਿੱਦਾਂ ਆਉਣਾ ਤਾਂ ਆਪਸ਼ਨਲ ਵਾਸਤੇ ਆਪਸ਼ਨਲ ਵਾਊਚਰ ਵਾਸਤੇ ਦਿਸ ਇਜ਼ ਅ ਪਾਰਟ ਆਫ ਸਿਨੈਰੀਓ ਆਪਸ਼ਨਲ ਵਾਊਚਰ ਕਿੱਦਾਂ ਅਨੇਬਲ ਕਰਨਾ ਤਾਂ ਮੇਰੀ ਜਿਹੜੀ ਐਂਟਰੀ ਆ ਤੁਹਾਡੇ ਸਾਹਮਣੇ ਸੇਲ ਅਕਾਊਂਟ ਦੇ ਵਿੱਚ ਰਵੀ ਜਿਹੜਾ ਸੰਡਰੀ ਡੈਬਿਟਰ ਹੈਗਾ ਉਹਨੂੰ ਮੈਂ ਚੇਅਰਸ ਵੇਚ ਰਿਹਾ 100 ਪੀਸ ਠੀਕ ਆ ਬਟ ਮੈਂ ਨਹੀਂ ਚਾਹੁੰਦਾ ਵੀ ਜਿਹੜਾ ਮੇਰਾ ਡਾਟਾ ਹਜੇ ਉੱਥੇ ਜਾ ਕੇ ਅਫੈਕਟ ਕਰੇ ਕਿਉਂਕਿ ਮੈਂ ਹਜੇ ਵੇਚੀਆਂ ਨਹੀਂ ਤਾਂ ਇੱਕ ਸ਼ਾਰਟਕੱਟ ਕੀ ਹੈਗੀ ਹੈ ਜੀ ਕੰਟਰੋਲ ਪਲੱਸ ਐਲ ਜਦੋਂ ਮੈਂ ਕੰਟਰੋਲ ਪਲੱਸ ਐਲ 'ਤੇ ਕਲਿੱਕ ਕਰ ਦੂੰਗਾ ਤਾਂ ਤੁਸੀਂ ਦੇਖ ਸਕਦੇ ਹੋ ਕਿ ਉੱਪਰ ਆਪਸ਼ਨਲ ਦਾ ਮੈਸੇਜ ਆ ਰਿਹਾ ਟੋਪ ਆਫ ਦਾ ਸਕਰੀਨ ਆਪਸ਼ਨਲ ਜਿਹੜਾ ਇਟ ਮੀਨ ਜਿਹੜਾ ਇਹ ਵਾਲਾ ਵਾਊਚਰ ਆ ਇਹ ਆਪਸ਼ਨਲ ਅਪਲਾਈ ਹੋ ਗਿਆ ਤਾਂ ਹੁਣ ਮੈਂ ਇਹਨੂੰ ਸੇਵ ਕਰ ਦੇਊਂਗਾ ਠੀਕ ਆ ਸੇਵ ਕੰਟਰੋਲ ਏ ਜਿੱਦਾਂ ਵੀ ਮੈਂ ਤੁਹਾਨੂੰ ਪਹਿਲਾਂ ਦੱਸਿਆ ਕੰਟਰੋਲ ਏ ਦੇ ਨਾਲ ਆਹ ਦੇਖੋ ਸੇਲ ਰਵੀ ਨੂੰ ਆਪਸ਼ਨਲ ਦੇ ਵਿੱਚ ਆ ਗਈ ਹੈ ਹੁਣ ਜੇ ਤੁਸੀਂ ਇਹੀ ਚੀਜ਼ ਫਿਰ ਦੁਬਾਰਾ ਤੁਸੀਂ ਸਟੋਕ ਦੇ ਵਿੱਚ ਜਾ ਕੇ ਦੇਖੋਗੇ ਤਾਂ ਉੱਥੇ 1000 ਚੇਅਰ ਦਾ ਸਟੋਕ ਉਸੇ ਤਰ੍ਹਾਂ ਹੀ ਦਿਖਾਈ ਦੇਊਗਾ ਦੈਟ ਮੀਨ ਇਹ ਮੈਂ ਜਸਟ ਸਿਨੈਰੀਓ ਕ੍ਰੀਏਟ ਕਰਤਾ ਯੂਜ਼ਿੰਗ ਆਪਸ਼ਨਲ ਵਾਊਚਰ ਕਿ ਜਦੋਂ ਮੈਂ ਇਸ ਮੇਰੀ ਸੇਲ ਫੁੱਲਫਿਲ ਹੋ ਜੇ ਤਾਂ ਜਿਹੜਾ ਰਵੀ ਵਾ ਇਹਦਾ ਜਿਹੜਾ ਮੇਰਾ ਬਣਾਇਆ ਹੋਇਆ ਫੇਕ ਬਿੱਲ ਆ ਉਦੋਂ ਮੈਂ ਇੰਪਲੀਮੈਂਟ ਕਰ ਦੇਵਾਂ ਠੀਕ ਹੈ ਜੀ ਤਾਂ ਹੁਣ ਮੈਂ ਇਹਦੀ ਐਗਜ਼ਾਮਪਲ ਤੁਹਾਨੂੰ ਦਿਖਾ ਦਿੰਦਾ ਜਾ ਕੇ ਸਟੋਕ ਸਮਰੀ ਦੇ ਵਿੱਚ ਜਾ ਕੇ ਫਰਨੀਚਰ ਤਾਂ ਤੁਸੀਂ ਦੇਖ ਸਕਦੇ ਹੋ ਉਸੇ ਤਰ੍ਹਾਂ 1000 ਪੀਸਿਸ 400 ਰੇਟ ਦੇ ਅਕੋਰਡਿੰਗਲੀ 400,000 ਦੇ ਸਾਡੇ ਸਟੋਕ ਦੇ ਵਿੱਚ ਪਏ ਆ ਕਿਉਂਕਿ ਉਦੋਂ ਮੈਂ ਉਸਨੂੰ ਆਪਸ਼ਨਲ ਵਾਊਚਰ ਦੇ ਨਾਲ ਅਟੈਚ ਨਹੀਂ ਕੀਤਾ ਸੀਗਾ ਤਾਂ ਹੁਣ ਤੁਹਾਡੇ ਸਾਹਮਣੇ ਉਸਨੂੰ ਮੈਂ ਆਪਸ਼ਨਲ ਵਾਊਚਰ ਦੇ ਨਾਲ ਅਟੈਚ ਕਰ ਦਿੱਤਾ ਹੈਗਾ ਤਾਂ ਤੁਸੀਂ ਦੇਖ ਸਕਦੇ ਹੋ ਕਿ ਇਹ ਜਿਹੜਾ ਮੇਰਾ ਸਟੋਕ ਆ ਇਹਦੇ 'ਚ ਕੋਈ ਇਫੈਕਟ ਨਹੀਂ ਹੋਇਆ ਅਤੇ ਉੱਧਰ ਜਿਹੜੀ ਮੇਰੀ ਸਟੋਕ ਦੀ ਐਂਟਰੀ ਉਹ ਵੀ ਪਈ ਹੋਈ ਆ ਅਤੇ ਬਟ ਹਜੇ ਜਿਹੜੀ ਸੇਲ ਆ ਉਹ ਹਜੇ ਤੱਕ ਇੰਪਲੀਮੈਂਟ ਨਹੀਂ ਹੋਏਗੀ ਤਾਂ ਇਹ ਤਾਂ ਸੀਗਾ ਜੀ ਬਜਟ ਅਤੇ ਸਨੈਰੀਓ ਜਿਹੜਾ ਆਪਾਂ ਕਿੱਦਾਂ ਕ੍ਰੀਏਟ ਕਰ ਸਕਦੇ ਹਾਂ ਟੈਲੀ ਦੇ ਵਿੱਚ ਠੀਕ ਹੈ ਜੀ ਤਾਂ ਉਸ ਤੋਂ ਬਾਅਦ ਦੈਨ ਆਫਟਰ ਡੈਟ ਫਿਰ ਮੈਂ ਇੱਕ ਵਾਊਚਰ ਦੀ ਗੱਲ ਕਰ ਰਿਹਾ ਸੀਗਾ ਕਿ ਅਸੀਂ ਕਿੰਨੇ ਵਾਊਚਰ ਦੀ ਹੈਲਪ ਦੇ ਨਾਲ ਜਿਹੜਾ ਆਪਦਾ ਸਿਨੈਰੀਓ ਆ ਉਹ ਬਣਾ ਸਕਦੇ ਹਾਂ ਤਾਂ ਹੁਣ ਤੁਸੀਂ ਇੱਥੇ ਪੜ੍ਹ ਰਹੇ ਹੋਵੋਗੇ ਕਿ ਇਹ ਇੱਕ ਪ੍ਰਬੰਧਨ ਉਪਕਰਨ ਹੈ ਜੋ ਸਰੋਤ ਡੇਟਾ ਨੂੰ ਪ੍ਰਭਾਵਿਤ ਕੀਤੇ ਬਗੈਰ ਕੁਝ ਕਿਸਮ ਦੇ ਵਾਊਚਰ ਨੂੰ ਚੁਣੇ ਚੁਣੇ ਖਾਤਿਆਂ ਅਤੇ ਵਸਤੂਆਂ ਨਾਲ ਸੰਬੰਧਿਤ ਜਾਣਕਾਰੀ ਦੇ ਵੱਖ ਵੱਖ ਪ੍ਰਦਰਸ਼ਨਾਂ ਨੂੰ ਸਮਰੱਥ ਬਣਾਉਂਦਾ ਹੈ ਠੀਕ ਆ ਹੁਣ ਜਿਹੜਾ ਮੇਰਾ ਮੇਨ ਆਪਣਾ ਡਾਟਾ ਸੀਗਾ ਅਕਾਊਂਟਿੰਗ ਦਾ ਉਹਨੂੰ ਮੈਂ ਅਫੈਕਟ ਨਹੀਂ ਕੀਤਾ ਬਟ ਜਿਹੜਾ ਮੈਂ ਵਾਊਚਰ ਦੇ ਵਿੱਚ ਐਂਟਰੀ ਵੀ ਪਾਤੀ ਹੈ ਠੀਕ ਆ ਤਾਂ ਕਿਹੜੇ ਕਿਹੜੇ ਜਿਹੜੇ ਆ ਵਾਊਚਰ ਦੀ ਹੈਲਪ ਦੇ ਨਾਲ ਅਸੀਂ ਜਿਹੜੀ ਐਂਟਰੀ ਪਾ ਸਕਦੇ ਹਾਂ ਤਾਂ ਆਪਸ਼ਨਲ ਵਾਊਚਰ ਜਿਹੜਾ ਮੈਂ ਤੁਹਾਨੂੰ ਯੂਜ਼ ਕਰਕੇ ਦਿਖਾਇਆ ਦੈਨ ਹੋਰ ਵੀ ਬਹੁਤ ਸਾਰੇ ਵਾਊਚਰ ਹੈਗੇ ਆ ਜੀ ਮੈਮੋਰੈਂਡਮ ਵਾਊਚਰ ਅਤੇ ਰਿਵਰਸਿੰਗ ਵਾਊਚਰ ਜਿਹਨੂੰ ਪੰਜਾਬੀ ਦੇ ਵਿੱਚ ਉਲਟਰ ਸਾਲੇ ਕਹਿੰਦੇ ਆ ਤਾਂ ਇਹਨਾਂ ਦੀ ਹੈਲਪ ਦੇ ਨਾਲ ਜਿਹੜਾ ਵਾ ਅਸੀਂ ਸਿਨੈਰੀਓ ਵੀ ਪ੍ਰਪੇਅਰ ਕਰ ਸਕਦੇ ਹਾਂ ਆਪਸ਼ਨਲ ਨਾਲ ਅਸੀਂ ਕਰਤਾ ਦੈਨ ਦੂਸਰੇ ਜਿਹੜੇ ਪੈਂਡਿੰਗ ਵਾਊਚਰ ਹੈਗੇ ਨੇ ਮੈਮੋਰੈਂਡਮ ਵਾਊਚਰ ਅਤੇ ਉਲਟਰ ਸਾਲੇ ਉਹਦੀ ਹੈਲਪ ਦੇ ਨਾਲ ਵੀ ਅਸੀਂ ਜਿਹੜਾ ਆਪਦਾ ਸਿਨੈਰੀਓ ਪ੍ਰਪੇਅਰ ਕਰ ਸਕਦੇ ਹਾਂ ਤਾਂ ਹੋਪ ਤੁਹਾਨੂੰ ਇਹਨਾਂ ਤਿੰਨਾਂ ਕਨਸੈਪਟਾਂ ਬਾਰੇ ਜਾਣਕਾਰੀ ਮਿਲ ਗਈ ਹੋਊਗੀ ਅਗਰ ਇਹਨਾਂ ਤਿੰਨਾਂ ਬਾਰੇ ਅਗਰ ਤੁਹਾਡੀ ਕੋਈ ਕਿਊਰੀ ਹੈਗੀ ਆ ਡਬਲ ਐਂਟਰੀ ਸਿਸਟਮ ਦੈਨ ਬਜਟ ਮੈਨੇਜਮੈਂਟ ਅਤੇ ਸਿਨੈਰੀਓ ਮੈਨੇਜਮੈਂਟ ਤਾਂ ਤੁਸੀਂ ਕੁਐਸਚਨ ਕਰ ਸਕਦੇ ਹੈਗੇ ਬਜਟ ਮੈਨੇਜਮੈਂਟ ਸਿਨੈਰੀਓ ਮੈਨੇਜਮੈਂਟ ਨੂੰ ਕਿੱਦਾਂ ਸਰ ਜੀ ਅਨਮਿਊਟ ਕਰਿਓ ਆਪਣੇ ਆਪ ਨੂੰ ਤਾਂ ਤੁਸੀਂ ਪੁੱਛ ਸਕਦੇ ਹੋ ਰਿਲੇਟਡ ਦੀਸ ਕਨਸੈਪਟ ਜਿਹੜੇ ਆਪਾਂ ਤਿੰਨੇ ਹੁਣੇ ਡਿਸਕਸ ਕਰਕੇ ਹਟੇ ਹਾਂ
सर एक 17 नंबर स्लाइड आया है, प्रिया खोसला जी ने पूछा है, 17 नंबर स्लाइड शो करें। ये सर दो मिनट, ये सर स्टेप्स थे सिनेरियो दे जिहड़े मैं स्टेप्स तुहानू दिखाए नहीं, क्योंकि अगर असीं इदां डिस्कस करांगे तां उह स्टेप्स असीं याद नहीं कर पाउंदे, तां करके मैं डायरेक्ट जिहड़े स्टेप्स थे उत्थे तुहानू फॉलो करके दिखाए सीगे। ठीक है जी, तां उसे तरह जिदां कि आ स्टेप्स की कहिंदे आ मैं दस दिंदा इक वारी फिर। F11 आपां कीता सीगा, उह जिहड़ी विंडो खुल्ली सी उहदे विच जाके असीं जिहड़ा फीचर आ उह नेबल कीता सी सिनेरियो दा। ठीक है जी, दूजा स्टेप सीगा गेटवे ऑफ टैली दे विच जाके अकाउंटिंग इनफो दे विच जाके सिनेरियो नूं क्रिएट करना, जिहड़ा कि असीं उह वी कीता सीगा। ठीक है जी, दैन उहदा टाइटल देना। ठीक है जी, दैन सो ऑन जो सारे सीगे प्रोसीजर फॉलो करके जिहड़ा सिनेरियो साडा उह प्रिपेयर हो गया। ठीक है जी, तां इह स्टेप्स मैं तां नहीं डिस्कस कीते क्योंकि इत्थे डिस्कस करन नाल सानूं कोई आउटपुट नहीं सी। हाँ जी, और किसी का कोई भी क्यूरी हो गए तां जी पूछ लो। मैं फिर तो रिपीट कर दें जी, अपना अज तीन कॉन्सैप्ट डिस्कस करे जेडे भी लेट आए। पहला सीगा जी डबल एंट्री सिस्टम इन बुक कीपिंग। ठीक है, डबल एंट्री सिस्टम की होंगे। दैन दूसरा सीगा जी बजट मैनेजमेंट। ठीक है, बजट डेट मीन प्रोडिक्शन, असी कॉमनली घर के एक बजट प्रिपेयर करके चलते हैं, बजट के ही कम करते हैं। उस तरह अपनी टैली के किसी भी एक्सपेंडिचर के बजट भी आप डिस्कस किया। दैन तीन नंबर से असी किया जी सिनेरियो जो इन फ्यूचर करते उन्होंने पहला तो ही बना के रखना। एग्जाम्पल के तौर पर मैं बैल फेक बैल बना, फेक बैल तक जो इंप्लीमेंट नहीं होया होता, फेक बैल तक कह रहा नहीं होया होता, तो मैं अजिहा सिनेरियो की हेल्प के नाल एक कि वह अपना वो एंट्री भी हो जाए तो कोई भी इफेक्ट भी ना करे। तो यह जी तीन चीजा अज के इस वैबिनर से आप डिस्कस कर। हाँ जी सर, किसी का है जी कोई क्यूरी होर? प्लीज अपने आप नूं अनम्यूट करके क्वेश्चन पूछ सकते हो तुसी। अपने आप नूं अनम्यूट करके क्वेश्चन पूछो जी। सर मैं थोड़ा लेट हो गई सी तो सर ने जो पहले वाला पॉइंट समझाया सी वो थोड़ा जा रिपीट कर सकदे ने? केड़े वाला जी? केड़े वाला जी? फर्स्ट वाला डबल एंट्री सिस्टम। हाँ जी, डबल एंट्री सिस्टम जिदा कि अपने नेम तो ही क्लीयर हैगा जी भी डबल एंट्री पैनी। ठीक है, तो मैं ये एक सिंपल एग्जाम्पल दोबारा तो रिपीट कर दिना। सपोज डैट मैं एक समोसा जोड़ा वा वह परचेज करता है। ठीक है, जो मैं समोसा परचेज करदा तो जोड़ा साडा शॉपकीपर है उसको कुछ ना कुछ दिना भी है, तो 10 रुपये सपोज डैट मान के चलो प्राइज आ साडे समोसे का। ठीक है जी, तो वो 10 रुपये मैं सैक्रीफाइस किए अपने शॉपकीपर को, तो जिहड़ी चीज़ तो मेरे को आई समोसा मेरे को आया उन्होंने असी डेबिट के एंटर करना, तो जिहड़ी चीज़ मेरे को गई जिहड़े हुण 10 रुपये मैं सैक्रीफाई किए वो मैं दुकानदार को देते उन्होंने मैं क्रेडिट के एंटर करना। दैट मीन साइमनटेनियसली डबल दो एंट्रियां पईआं जी, 10 रुपये इधर समोसे च पै गए डेबिट वाले पोर्शन के, 10 रुपये उधर बाय कैश अकाउंट शॉपकीपर वाले पै गए। दैट मीन दिस इज द डबल एंट्री। ठीक है जी। हाँ जी, वेलकम जी, वेलकम। होर किसी का भी कोई क्वेश्चन है जी तो कर सकता जी। ठीक है सर, करिए वाइंड अप जी। ठीक है जी, ठीक है, थैंक यू जी, थैंक यू। ओके, बहुत बढ़िया लेक्चर जी, बहुत बढ़िया। वैसे मैं तो मैकेनिकल इंजीनियर हां, लेकिन बहुत सारी चीजें क्लियर हुई है जी। थैंक यू सर, शेयरिंग दा कांसेप्ट पता नहीं लगा, शेयर करूं अपना बंद हो गया, मेनू भी नहीं पता लगा, मेरा ध्यान इधर सी एक्चुअली, सॉरी सर, सॉरी। थैंक यू।